ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਜੀ ਪ੍ਰੋਗਰਾਮ ਇਲੈਕਸ਼ਨ ਸਪੈਸ਼ਲ ਅਤੇ ਮੈਂ ਹਾਂ ਤੁਹਾਡੀ ਹੋਸਟ ਸੰਦੀਪ ਭੱਟੀ। ਬੜੀ ਚਿਰ ਤੋਂ ਸੁਣਨ ਚ ਆਉਂਦਾ ਹੁੰਦਾ ਕਿ ਵੋਟਾਂ ਵੇਲੇ ਇਹ ਸਰਗਰਮੀਆਂ ਤੇਜ਼ ਹੋ ਜਾਂਦੀਆਂ ਨੇ, ਲੇਕਿਨ ਹੁਣ ਕੈਨੇਡਾ ਦੇ ਵਿੱਚ, ਖਾਸ ਕਰਕੇ ਸਾਡੇ ਆਪਦੇ ਸੂਬੇ ਦੇ ਵਿੱਚ ਮੈਨੀਟੋਬਾ ਵਿਨੀਪੈਗ ਦੇ ਵਿੱਚ ਚੋਣਾਂ ਦਾ ਦੌਰ ਚੱਲ ਪਿਆ ਹੈਗਾ। ਸੋ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਇਲੈਕਸ਼ਨ ਸਪੈਸ਼ਲ ਦੇ ਵਿੱਚ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ NDP ਦੇ ਕੈਂਡੀਡੇਟ, ਜਿਹੜੇ ਕਿ ਮੇਪਲ ਦੇ ਵਿੱਚੋਂ ਕੈਂਡੀਡੇਟ ਨੇ ਜੀ, ਮਿੰਟੂ ਸੰਧੂ, ਉਹ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ। ਸੋ ਸਾਡੀ ਅੱਜ ਵਿਸ਼ੇਸ਼ ਗੱਲਬਾਤ ਜਿਹੜੀ ਹੈਗੀ ਹੈ ਜੀ, ਉਹ ਮਿੰਟੂ ਸੰਧੂ ਜੀ ਨਾਲ ਹੋਊਗੀ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਸੰਧੂ ਸਾਹਿਬ ਦਾ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ, ਤੁਸੀਂ NDP ਨੂੰ ਰਿਪ੍ਰਜੈਂਟ ਕਰ ਰਹੇ ਹੋ ਜੀ ਮੇਪਲ ਦੇ ਵਿੱਚ। ਮੇਪਲ ਇੱਕ ਐਸਾ ਏਰੀਆ ਵਾ ਜੀ ਜਿਹਦੇ 'ਚ ਸਾਡਾ ਭਾਈਚਾਰਾ ਉਹਦੀ ਵਸੋਂ ਕਾਫੀ ਹੈਗੀ ਆ। ਸੋ ਜੇਕਰ ਗੱਲ ਕਰੀਏ ਜੀ, ਅੱਜ ਇਸ ਸ਼ੋਅ ਦੇ ਵਿੱਚ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਨਜ਼ਰੀਆ ਵੱਖ ਵੱਖ ਪਹਿਲੂਆਂ ਦੇ ਉੱਤੇ ਔਰ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਤੁਹਾਡਾ ਏਜੰਡਾ ਹੈਗਾ ਜੀ, ਉਹ ਕਿਸ ਤਰੀਕੇ ਨਾਲ ਲੋਕਾਂ ਤੱਕ ਪਹੁੰਚਦਾ ਕਰੋਗੇ। ਸੋ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਮਿੰਟੂ ਜੀ ਕਿ ਤੁਹਾਡੀ ਇਲੈਕਸ਼ਨਸ ਨੂੰ ਲੈ ਕੇ ਕੀ ਸਟਰੈਟਜੀ ਹੈਗੀ ਹੈ, ਕਿਸ ਤਰੀਕੇ ਨਾਲ ਤੁਸੀਂ ਜਿਹੜਾ ਹੈਗਾ ਜੀ ਇਸ ਨੂੰ ਅੱਗੇ ਲੈ ਕੇ ਜਾ ਰਹੇ ਹੈਗੇ। ਸਾਡੀਆਂ ਜੀ ਡੋਰ ਨਾਕਿੰਗ ਸ਼ੁਰੂ ਹੋ ਚੁੱਕੀ ਆ ਅਤੇ ਘਰੋ ਘਰੀ ਜਾ ਰਹੇ ਹਾਂ, ਲੋਕਾਂ ਦੇ ਵਿਊ ਲੈ ਰਹੇ ਹਾਂ ਵੀ ਉਹਨਾਂ ਦੀ ਕੀ ਉਹਨਾਂ ਦੇ ਇਸ਼ੂਜ਼ ਨੇ ਜੀ, ਉਹ ਇਸ਼ੂਜ਼ 'ਤੇ ਅਸੀਂ ਆਪਦੀ ਪਾਰਟੀ ਦੇ ਤੌਰ 'ਤੇ ਜਾਂ ਸਾਡੀ ਪਾਰਟੀ ਦੀ ਕੀ ਸਟ੍ਰੈਟਜੀ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਲੋਕਾਂ ਨੂੰ ਜੀ, ਅਤੇ ਇਸ ਤਰ੍ਹਾਂ 'ਤੇ ਅਸੀਂ ਗਾਹਾਂ ਵੱਧ ਰਹੇ ਹਾਂ। ਤੁਸੀਂ ਗੱਲ ਕੀਤੀ ਭਾਅ ਜੀ ਪਾਰਟੀਜ਼ ਦੀਆਂ ਸਟ੍ਰੈਟਜੀਜ਼ ਜਾਂ ਪੋਲਿਸੀਜ਼ ਤੁਸੀਂ ਲੋਕਾਂ ਨੂੰ ਰੂਬਰੂ ਕਰਾ ਰਹੇ ਹੋ, ਤੁਸੀਂ ਕੁਛ ਇੱਕ ਸਾਡੇ ਨਾਲ ਇੱਥੇ ਰੂਬਰੂ ਕਰਾਉਣਾ ਚਾਹੋਗੇ ਜੀ ਵਿਜ਼ਨ ਪੰਜਾਬ ਦੇ ਜ਼ਰੀਏ ਲੋਕਾਂ ਤੱਕ? ਹਾਂਜੀ, ਇੱਕ ਸਭ ਤੋਂ ਵੱਡਾ ਜਿਹੜਾ ਇਸ਼ੂਜ਼ ਆ ਰਿਹਾ ਹੈਗਾ ਉਹ 7 ਓਕਸ ER ਕਲੋਜ਼ਰ ਦਾ ਹੈਗਾ ਗਾ, ਜਿਹੜਾ ਕਿ ਗਾਹਾਂ ਇਸ ਤੋਂ ਬਾਅਦ ਹੁਣ ਇਹਨਾਂ ਨੇ ICU ਵੀ ਸਤੰਬਰ ਦੇ ਵਿੱਚ ਬੰਦ ਕਰ ਦੇਣਾ ਜੀ। ਉਧਰ ਕਨਕੋੜੀਆ ਦੇ ਵਿੱਚ ਵੀ ਇਹੀ ਇਸ਼ੂ ਹੈਗਾ ਜੀ, ਅਤੇ ਜਿਹੜਾ ਮੈਨੀਟੋਬਾ ਨੂੰ MPI ਨੂੰ ਪ੍ਰਾਈਵੇਟਾਈਜ਼ ਕਰਨ ਦਾ ਹੈਗਾ ਜਿਹੜਾ ਇੱਕ ਇਸ਼ੂ ਉਹ ਵੀ ਹੈ ਜੀ। ਇੱਕ ਹੈਗਾ ਗਾ ਜੀ ਜਿਹੜਾ ਤੁਸੀਂ ਦੇਖਿਆ ਹੋਣਾ ਗਾ, ਮੈਨੀਟੋਬਾ ਹੈਲਥ ਕੇਅਰ ਪ੍ਰੀਮੀਅਮ ਬਾਰੇ ਵੀ ਗੱਲ ਸੀਗੀ, ਇਹ ਪ੍ਰੀਮੀਅਰ ਸਾਹਿਬ ਨੇ ਪਿਛਲੇ ਵਾਰ ਸਾਲ ਕੀਤਾ ਸੀਗਾ ਜਦੋਂ ਇਲੈਕਟ ਹੋਏ ਸੀ, ਉਦੋਂ ਬਾਅਦ ਕੀਤੀ ਸੀ ਗੱਲ ਇਹ ਕਿ ਵੀ ਅਸੀਂ ਇਸ ਟਰਮ 'ਤੇ ਨਹੀਂ ਪ੍ਰੀਮੀਅਮ ਲਾਉਂਦੇ, ਪਰ ਕਿਉਂਕਿ ਹੁਣ ਉਹ ਨੈਕਸਟ ਟਰਮ ਲਈ ਰਨ ਕਰ ਰਹੇ ਆ, ਇਹਦਾ ਮਤਲਬ ਜੀ ਉਹ ਪ੍ਰੀਮੀਅਮ ਲਾਉਣਗੇ, ਪੈਸੇ ਬਚਾਉਣ ਲਈ ਕੱਟ ਕਰ ਰਹੇ ਹਾਂ, ਪਰ ਦੂਜੇ ਪਾਸੇ ਲੋਕਾਂ ਦੇ ਉੱਤੇ ਬੋਝ ਵੀ ਨਾਲ ਦੀ ਨਾਲ ਪਾਈ ਜਾ ਰਹੇ। ਠੀਕ ਹੈ ਜੀ। ਸੰਧੂ ਸਾਹਿਬ, ਤੁਸੀਂ ਗੱਲ ਕੀਤੀ ਹੈਲਥ ਕਟਸ ਬਾਰੇ, ਹਨਾ, ਅਗਰ ਆਪਾਂ ਨਜ਼ਰੀਆ ਦੇਖੀਏ, ਕਿਉਂਕਿ ਇੱਥੇ ਬੈਠ ਕੇ ਅਸੀਂ ਹਰੇਕ ਚੀਜ਼ ਦੀ ਕੋਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਅਸੀਂ ਕਿਸੇ ਵੀ ਨੁਮਾਇੰਦੇ ਉਸ ਪਾਰਟੀ ਦੇ ਕਿਸੇ ਨੁਮਾਇੰਦੇ ਨਾਲ ਗੱਲ ਕਰਦੇ ਹਾਂ ਤਾਂ ਉਹ ਇਹ ਕਹਿੰਦੇ ਆ ਕਿ ਇਹ ਇੱਕ ਐਸਾ ਪੈਟਰਨ ਜਿਹੜਾ ਹੈਗਾ ਜੀ ਉਹਨੂੰ ਇੱਕ ਐਸੀਆਂ ਤਬਦੀਲੀਆਂ ਲੈ ਕੇ ਆਈਆਂ ਜਾ ਰਹੀਆਂ ਜਿਹਦੇ ਵਿੱਚ ਇੱਕ ਵਧੀਆ ਸਟੈਂਡਰਡਾਈਜ਼ ਜਿਹੜਾ ਹੈਗਾ ਜੀ ਮੈਡੀਕਲ ਸਿਸਟਮ ਸਾਡੇ ਲਈ ਜਿਹੜਾ ਹੈਗਾ ਜੀ ਉਹਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਆ, ਕਿਉਂਕਿ ਅਰਜੈਂਟ ਕੇਅਰ ਦੇ ਵਿੱਚ ਤੁਸੀਂ ਜਿਹੜਾ ਹੈਗਾ ਪ੍ਰੋਪਰਲੀ ਜਿਹੜਾ ਵੇਟ ਆਰਜ਼ ਨੇ ਜੀ ਉਹ ਘੱਟ ਜਾਣਗੇ। ਪਰ ਮੈਨੂੰ ਤੁਸੀਂ ਆਪਦੇ ਪੱਖ ਤੋਂ ਦੱਸੋ ਜੀ, ਕਿਉਂਕਿ ਮੇਪਲਸ ਦੇ ਵਿੱਚ 7 ਓਕਸ ਜਿਹੜਾ ਹੋਸਪਿਟਲ ਹੈਗਾ ਜੀ, ਉਹ ਆਮ ਤੌਰ 'ਤੇ ਜਿਹੜੇ ਵੈਸਟ ਸਾਈਡ ਦੇ ਵੈਸਟ ਸੇਂਟ ਪੌਲ ਦੇ ਵਿੱਚ ਕਈ ਲੋਕ ਨੇ ਜੀ, ਉਹਨਾਂ ਦੇ ਕਾਫੀ ਉਹ ਆਮ ਰੀਚ 'ਤੇ ਹੈਗਾ, ਲੇਕਿਨ ਉਹ ਹੁਣ ਕਿਉਂਕਿ 7 ਓਕਸ ਦੇ ਵਿੱਚ ਐਮਰਜੈਂਸੀ ਜਿਹੜੀ ਬੰਦ ਹੋ ਗਈ ਔਰ ICU ਬੰਦ ਹੋ ਜਾਣਾ ਔਰ ਕਈ ਲੋਕਾਂ ਦੀ ਇਹਦੇ ਨਾਲ ਤਕਲੀਫਾਂ ਵਧਣੀਆਂ, ਕਿਉਂਕਿ ਹਰੇਕ ਬੰਦੇ ਨੂੰ ਹੈਲਥ ਕੇ ਜਿਹੜਾ ਹੈਗਾ ਜੀ ਹੈਲਥ ਸਾਇੰਸ ਸੈਂਟਰ ਪਹੁੰਚਣਾ ਪਊਗਾ। ਤੁਸੀਂ ਮੈਨੂੰ ਦੱਸੋ ਜੀ ਕਿ ਤੁਹਾਡੇ ਪਾਰਟੀ ਪੱਖੋਂ ਜਾਂ ਤੁਹਾਡੇ ਆਪਦੇ ਨਜ਼ਰੀਆ ਜਿਹੜਾ ਤੁਹਾਡਾ ਪਰਸਨਲ ਨਜ਼ਰੀਆ ਹੈਗਾ ਉਹਦੇ ਵੱਲੋਂ ਤੁਸੀਂ ਕੀ ਮੰਨਦੇ ਹੈਗੇ ਜੀ ਇਸ ਡਿਸੀਜਨ ਨੂੰ ਲੈ ਕੇ? ਦੇਖੋ ਜੀ, ਇਹ ਡਿਸੀਜਨ ਨੂੰ ਪਹਿਲਾਂ ਤਾਂ ਨੰਬਰ 1 ਤਾਂ ਇਹ ਤੁਹਾਨੂੰ ਆਪਦੇ ਆਪ ਨੂੰ ਪਹਿਲਾਂ ਡਾਕਟਰ ਬਣਨਾ ਪਊਗਾ ਜੀ। ਉਹਦਾ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਪਹਿਲਾਂ ਤੁਹਾਨੂੰ ਇਹ ਪਤਾ ਕਰਨਾ ਪਊਗਾ ਵੀ ਤੁਹਾਨੂੰ ਤੂੰ ਅਰਜੈਂਟ ਕੇਅਰ ਜਾਣਾ ਕਿ ਐਮਰਜੈਂਸੀ ਜਾਣਾ ਗਾ ਜੀ। ਤੁਹਾਨੂੰ ਆਪਦੇ ਆਪ 'ਤੇ ਜਾਣ ਦੀ ਦੇਖਣਾ ਪਊ ਵੀ ਤੁਹਾਨੂੰ ਹਾਰਟ ਅਟੈਕ ਹੋ ਰਿਹਾ ਕਿ ਮਸਲ ਪੋਲੀ ਹੋਇਆ। ਬਿਲਕੁਲ ਜੀ। ਅਤੇ ਇਸ ਕਰਕੇ ਇਹੋ ਜਿਹੇ ਕਈ ਚੀਜ਼ਾਂ ਨੇ ਜਿਵੇਂ ਵੀ ਆਮ ਲੋਕਾਂ ਲਈ ਇਹ ਜਿਹੜਾ ਠੀਕ ਨਹੀਂ ਹੈਗਾ, ਇਹ ਜਿਵੇਂ ਹੁਣ ਆਪਣਾ ਆਰਲੈਂਗਟਨ ਬ੍ਰਿਜ ਨੂੰ ਇਹ ਕਹਿੰਦੇ ਆ ਜੀ ਬੰਦ ਕਰਨਾ ਗਾ। ਓਕੇ ਜੀ। ਜਿਵੇਂ ਹੁਣ ਮੇਪਲ ਵਾਲੀ ਸਾਈਡ ਤੋਂ ਕਿਵੇਂ ਪਹੁੰਚੋਗੇ ਜੀ ਉੱਥੇ, ਜਾਇਆ ਨਹੀਂ ਜਾ ਸਕਦਾ ਜੀ। ਅਤੇ ਇਹੋ ਜਿਹੇ ਕਈ ਇਸ਼ੂ ਆ ਜਿਹੜੇ, ਹਾਲਾਂਕਿ ਜਿਵੇਂ ਹੁਣ ਡਿਆਲਿਸਿਸ ਯੂਨਿਟ ਹੈ ਜੀ, ਹੁਣ ਉੱਥੋਂ ਪੇਸ਼ੈਂਟਸ ਨੂੰ ਇਹ ਲੈ ਕੇ ਜਾਂਦੇ ਆ ਆਪਣੇ ਐਮਰਜੈਂਸੀ ਰੂਮ ਦੇ ਵਿੱਚ ਜੀ। ਬਿਲਕੁਲ। ਜਦੋਂ ਬੰਦ ਹੋ ਗਿਆ ਜੀ, ਉਹਨੂੰ ਫਿਰ ਉਹੀ ਐਂਬੂਲੈਂਸ 'ਤੇ ਟ੍ਰਾਂਸਫਰ ਕਰਕੇ ਤੁਸੀਂ ਉੱਥੇ, ਮਤਲਬ ਤੁਹਾਡੇ ਕਹਿਣ ਤੋਂ ਭਾਵ ਕਿ ਕੋਸਟ ਜ਼ਿਆਦਾ ਵਧਣੀਆਂ, ਕੋਸਟ ਵਧਣਗੀਆਂ ਇਹਦੇ ਨਾਲ, ਨਾ ਕਿ ਘਟਣੀਆਂ ਨੇ ਇਹਦੇ ਨਾਲ, ਕਿਉਂਕਿ ਹੋਰ ਜਿਵੇਂ ਹੁਣ
ਸੈਵਨ ਓਕ ਚ ਜਾਈਦਾ ਸੀਗਾ ਤਾਂ ਜਦ ਜਾ ਕੇ ਉੱਥੇ ਚਲੋ ਪਾਰਕਿੰਗ ਮਿਲ ਜਾਂਦੀ ਸੀ, ਜਿਹੜਾ ਬੰਦਾ ਜਾਂਦਾ ਸੀਗਾ ਜਾਂ ਫੈਮਿਲੀ ਮੈਂਬਰ ਨੇ ਕਿਸੇ ਨੇ ਵਿਜ਼ਿਟ ਕਰਨਾ ਹੁੰਦਾ ਸੀ ਉਹ ਵੀ ਜਾ ਜੀ ਬਿਲਕੁਲ ਬਿਲਕੁਲ ਜੀ। ਤੇ ਅੱਜ ਕੱਲ ਜੇ ਤੁਸੀਂ ਹੈਲਥ ਸਾਇੰਸ ਸੈਂਟਰ ਜਾਓਗੇ, ਪਹਿਲੀ ਗੱਲ ਤਾਂ ਜੀ ਉੱਥੇ ਪਾਰਕਿੰਗ ਨਹੀਂ ਹੈਗੀ, ਬਿਲਕੁਲ ਅੰਦਰ ਜੋ ਤੁਸੀਂ ਜਾ ਕੇ ਬਹਿੰਦੇ ਹੋ ਜੀ ਉੱਥੇ ਕਈ ਵਾਰੀ ਬੈਠਣ ਨੂੰ ਰੂਮ ਵੀ ਨਹੀਂ ਹੁੰਦਾ, ਬਿਲਕੁਲ ਕਿਉਂਕਿ ਉਹ ਸਾਰਾ ਜਿਹੜਾ ਹੈਗਾ ਜੀ ਜਿੰਨੇ ER ਬੰਦ ਹੋਏ ਨੇ ਸਾਰਿਆਂ ਨੇ ਉੱਥੇ ਜਾਣਾ। ਹਾਂਜੀ, ਇਸ ਕਰਕੇ ਵੇਟਿੰਗ ਟਾਈਮ ਘਟਣ ਦੀ ਬਜਾਏ ਜਿਹੜੀ ਕਿ ਹੁਣੀ ਰਿਪੋਰਟ ਆ ਕੇ ਹਟੀ ਹੈ ਥੋੜ੍ਹਾ ਟਾਈਮ ਉਹ ਵਧੀ ਹੈ ਜੀ, ਨਾ ਕਿ ਘਟੀ ਹੈ। ਠੀਕ ਹੈ ਜੀ, ਠੀਕ ਹੈ ਮਿੰਟੂ ਜੀ। ਸੋ ਅਗਲਾ ਮੇਰਾ ਸਵਾਲ ਹੋਊਗਾ ਤੁਹਾਨੂੰ ਜੀ ਕਿ ਜਿਹੜਾ ਸਾਡਾ PST ਦੇ ਉੱਤੇ ਗੱਲ ਕਰਦੇ ਹਾਂ ਆਪਾਂ ਕਿ PST ਹੁਣੇ ਪਤਾ ਨਹੀਂ ਤਾਂ ਇਹ ਹੁਣ ਸਿਰਫ ਚੋਣਾਂ ਨੂੰ ਲੈ ਕੇ ਇਹ ਇੱਕ ਐਸਾ ਲੋਲੀਪੋਪ ਮੈਂ ਕਹੂੰਗੀ ਜੀ ਦਿੱਤਾ ਗਿਆ, ਜਾਂ ਫਿਰ ਵੱਖ ਹੀ ਜਿਹੜਾ ਸੀਗਾ ਜੀ ਇਹ ਕਿਤੇ ਨਾ ਕਿਤੇ ਕਿਚਨ ਟੇਬਲ ਦੇ ਉੱਤੇ ਐਕਸਟਰਾ ਮਨੀ ਦੀ ਗੱਲ ਕੀਤੀ ਜਾਂਦੀ ਆ। ਸੋ ਜਿਹੜਾ PST ਦੇ ਵਿੱਚ ਡਿਕਰੀਜ਼ ਹੋਇਆ ਜੀ, ਕਿਤੇ ਵੀ ਜਦੋਂ ਪੈਸੇ ਦੇ ਵਿੱਚ ਜਾਂ ਬਜਟ ਦੇ ਵਿੱਚ ਕਟੌਤੀ ਕੀਤੀ ਜਾਂਦੀ ਆ ਉਹਦਾ ਖਮਿਆਜ਼ਾ ਕਿਤੇ ਨਾ ਕਿਤੇ ਹੋਰ ਜਿਹੜਾ ਹੈਗਾ ਜੀ ਉਹ ਪੈਂਦਾ ਹੈਗਾ। ਸੋ PST ਦਾ ਜਿਹੜਾ ਇਹ ਘਾਟਾ ਹੋਊਗਾ ਜੀ ਉਹ ਕਿੱਥੋਂ ਇਹ PC ਪਾਰਟੀ ਦੇ ਜਿਹੜੇ ਵਾਅਦੇ ਨੇ ਕਿੱਥੋਂ ਇਹ ਪੂਰੇ ਕਰਨੇ ਹੈਗੇ ਜੀ? ਵੈਰੀ ਸਿੰਪਲ ਆ, ਤੁਸੀਂ ਆਪ ਹੀ ਦੇਖਿਓ ਨਾ। ਪਹਿਲੇ ਨੰਬਰ 'ਤੇ ਤਾਂ ਜੀ PST ਜਦੋਂ ਵਧਾਈ ਸੀਗੀ 7-8% ਕੀਤੀ ਸੀਗੀ, ਉਹ 10 ਸਾਲਾਂ ਦੀ ਟਰਮ ਲਈ ਸੀਗੀ ਜੀ। 10 ਸਾਲਾਂ ਬਾਅਦ ਉਹਨੇ ਆਪੇ ਆਟੋਮੈਟਿਕਲੀ ਖਤਮ ਹੋ ਜਾਣਾ ਸੀਗਾ। ਠੀਕ ਹੈ ਜੀ। 3 ਸਾਲ ਪਹਿਲਾਂ ਮੈਨੂੰ ਲੱਗਦਾ ਉਹਨਾਂ ਨੇ ਕਰਤਾ ਜੀ, 7 ਸਾਲ ਹੋ ਗਏ ਸੀਗੇ। ਤੇ ਨੰਬਰ 2 ਤੇ ਹੀ ਦੇਖੋ ਹੁਣ ਜਿਵੇਂ ਫੰਡਿੰਗ ਆ ਜਿਹੜੀਆਂ ਦੂਜੀਆਂ ਸਿਟੀ ਨੂੰ, ਜਿਹਦੇ ਵਿੱਚ ਕੀ ਹੈਗੀ ਆ ਆਪਣੀ ਟ੍ਰਾਂਜ਼ਿਟ ਆ ਗਈ, 50-50 ਫੰਡਿੰਗ ਸੀਗੀ ਉਹ ਘੱਟ ਕੀਤੀ ਆ, ਤੇ ਉਹ ਟੈਕਸ ਹੀ ਇੱਕ ਤਰ੍ਹਾਂ ਦਾ ਲੋਕਾਂ ਦੇ ਉੱਤੇ, ਕਿਉਂਕਿ ਉਹਦੇ ਹਿਸਾਬ ਨਾਲ ਤੁਹਾਡੇ ਹੁਣ ਕਿਰਾਏ ਵਧਣਗੇ, ਤੇ ਉਹਦੇ ਹਿਸਾਬ ਨਾਲ ਡਾਊਨ ਟਾਊਨ ਦੇ ਵਿੱਚ ਪਾਰਕਿੰਗ ਅੱਗੇ 1 ਡਾਲਰ ਨੂੰ ਘੰਟੇ ਦੀ ਸੀਗੀ, ਜੇ ਹੁਣ ਜਿਹੜੀ ਸਿਟੀ ਨੂੰ ਕੀ 2 ਡਾਲਰ ਘੰਟੇ ਦੀ ਕਰਨੀ, ਬਿਲਕੁਲ ਜੀ ਕੋਸਟ ਵਧੀ ਹੈ ਜੀ ਆਮ ਇਨਸਾਨ, ਕਾਸਟ ਉਹ ਇਸ ਕਰਕੇ ਸਿਟੀ ਨੂੰ ਜਾਂਦੀ ਪ੍ਰੋਵਿੰਸਲ ਨੂੰ ਗੌਰਮੈਂਟ ਨੇ ਕਿਸੇ ਨਾ ਕਿਸੇ ਤਰ੍ਹਾਂ ਤਾਂ ਉਹ ਆਪਦੀਆਂ ਜਿਹੜੀਆਂ ਰਿਸਪਾਂਸੀਬਿਲਟੀਆਂ ਸੀਗੀਆਂ ਉਹ ਮਿਊਨਿਸਪੈਲਟੀ 'ਤੇ ਡਾਊਨਲੋਡ ਕਰਤੀਆਂ ਸਾਰੀਆਂ। ਠੀਕ ਹੈ ਜੀ, ਠੀਕ 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 ਹੈ ਸੰਧੂ ਸਾਹਿਬ। ਅਤੇ ਇਸ ਤੋਂ ਅੱਗੇ ਮੈਂ ਤੁਹਾਤੋਂ ਇਹ ਜਾਣਨਾ ਚਾਹੂੰਗੀ ਕਿ ਕੈਨੇਡਾ ਇੱਕ ਐਸਾ ਮੁਲਕ ਹੈਗਾ ਜੀ ਜਿੱਥੇ ਇਮੀਗ੍ਰੇਸ਼ਨ ਬਹੁਤ ਚਰਚਾ 'ਚ ਰਹਿੰਦੀ ਹੈਗੀ, ਔਰ ਵੱਖ ਵੱਖ ਜਿਹੜੇ ਹੈਗੇ ਜੀ ਕਮਿਊਨਿਟੀਜ਼ ਦੀ ਗੱਲ ਕਰੀਏ, ਵੱਖ ਵੱਖ ਜਿਹੜੇ ਮੁਲਕਾਂ ਤੋਂ ਜਿਹੜੇ ਲੋਕ ਨੇ ਜੀ ਪ੍ਰਵਾਸੀ ਲੋਕ ਨੇ ਇੱਥੇ ਉਹ ਪਹੁੰਚਦੇ ਹੈਗੇ ਨੇ। ਸੋ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਤੁਹਾਡੀ ਪਾਰਟੀ ਦਾ ਨਜ਼ਰੀਆ ਹੈਗਾ ਜਾਂ ਤੁਹਾਡਾ ਪਰਸਨਲ ਜਿਹੜਾ ਇੱਕ ਨਜ਼ਰੀਆ ਹੈਗਾ ਜੀ, ਤੁਸੀਂ ਕਿਸ ਤਰੀਕੇ ਨਾਲ ਲੈਂਦੇ ਹੋ ਜੀ ਕਿ MP NP ਜੇਕਰ ਤੁਹਾਡੀ ਪਾਰਟੀ ਸੱਤਾ 'ਚ ਆਉਂਦੀ ਹੈਗੀ ਆ, ਜਾਂ ਫਿਰ ਤੁਸੀਂ ਖੁਦ ਜਿਹੜਾ ਹੈਗਾ ਜੀ ਮੇਪਲਸ ਦੇ ਵਿੱਚ ਚੁਣੇ ਜਾਂਦੇ ਹੋ, ਕੀ ਤੁਸੀਂ ਇਸ ਨੂੰ ਲੈ ਕੇ ਕੁਛ ਕੋਈ ਜਿਹੜਾ ਹੈਗਾ ਜੀ ਵੋਇਸ ਰੇਸ ਕਰੋਗੇ ਜੀ ਲਿਸਟ ਦੇ ਵਿੱਚ? ਬਿਲਕੁਲ ਜੀ, ਪਹਿਲੇ ਨੰਬਰ 'ਤੇ ਤਾਂ ਜਦੋਂ ਬਹੁਤ ਵਧੀਆ ਪ੍ਰੋਗਰਾਮ ਆ ਜੀ ਇਹ PNP ਦਾ ਜਿਹੜਾ ਹੈਗਾ ਜੀ, ਅਤੇ ਜਦੋਂ ਇਹਨੂੰ ਸ਼ੁਰੂ ਕੀਤਾ ਸੀ ਇਹਦੇ ਵਿੱਚ ਇੱਕ NDP ਗੌਰਮੈਂਟ ਨੇ ਕਲਾਸ ਪਾਇਆ ਸੀਗਾ, ਇਸ ਨਵਾਂ ਸਿਸਟਮ ਕੀਤਾ ਸੀ ਇਹਦੇ ਵਿੱਚ ਐਡ ਜੀ, ਜਿਹੜਾ ਸੀਗਾ ਬਿਜ਼ਨਸ ਕਲਾਸ ਦਾ, ਜਿਹੜਾ ਬਹੁਤ ਸਕਸੈਸਫੁਲ ਰਿਜ਼ਲਟ ਵੀ ਨਿਕਲੇ ਸੀ ਉਹਦੇ ਵਿੱਚੋਂ। ਅਤੇ ਪਰ ਪਿਛਲੀ ਪ੍ਰੋਵਿੰਸਲ ਗੌਰਮੈਂਟ ਨੇ ਇਹਦੇ 'ਤੇ ਇੱਕ $500 ਦਾ ਤੁਹਾਨੂੰ ਪਤਾ ਵੀ ਹੋਣਾ ਜੀ ਉਹ ਲਾਇਆ ਸੀਗਾ, ਪੈਨਲਟੀ ਕਹਿ ਲਓ ਜੀ ਜਿਹੜੀ ਇੱਥੇ ਹੁੰਦੀ ਕਹਿ ਸਕਦੇ ਹਾਂ ਆਪਾਂ। ਅਤੇ ਉਹ ਜਿਹੜੀ $500 ਦੀ ਸੀਗੀ ਉਹ ਫੀਸ ਜਿਹੜੀ ਸੀਗੀ ਜਿਹੜੇ ਇਮੀਗ੍ਰਾਂਟ ਆਉਂਦੇ ਸੀਗੇ ਉਹਨਾਂ ਲਈ ਹੀ ਖਰਚੀ ਜਾਣੀ ਸੀਗੀ, ਉਹਨਾਂ ਨੂੰ ਜਿਹੜੇ ਹੁਣ ਜਿਹੜੀ ਜਾਬ ਲਈ ਆਪਾਂ ਆਉਣੇ ਹਾਂ ਉਹ ਆਪਾਂ ਨੂੰ ਇੱਥੇ ਜਾਬ ਨਹੀਂ ਮਿਲਦੀ, ਬਿਲਕੁਲ ਜੀ ਉਹ ਉਸੇ ਚੀਜ਼ ਦੇ ਲਈ ਖਰਚੀ ਜਾਣੀ ਸੀਗੀ, ਪਰ ਉਹ ਹਜੇ ਜੀ ਇਹਨਾਂ ਨੇ ਇੱਕ ਪੈਸਾ ਨਹੀਂ ਉਹਦੇ ਵਿੱਚੋਂ ਖਰਚਿਆ, ਸਾਰੇ ਦੇ ਸਾਰੇ ਉਵੇਂ ਪੈਸੇ ਤੇ ਉਹ ਸੈਟਿੰਗ ਆ ਰਹੀ। ਅਤੇ ਜੇ ਸਾਡੀ ਪਾਰਟੀ ਆ ਜੀ ਅਸੀਂ $500 ਦੀ ਜਿਹੜੀ ਫੀਸ ਆ ਉਹ ਅਸੀਂ ਬੰਦ ਕਰਾਂਗੇ। ਓਕੇ ਜੀ, ਸੋ ਤੁਹਾਡਾ ਜਿਹੜਾ ਫੋਕਸ ਹੈਗਾ ਜੀ ਡੈਫੀਨੇਟਲੀ ਤੁਸੀਂ ਇਹਦੇ ਬਾਰੇ ਜ਼ਰੂਰ ਜਿਹੜਾ ਹੈਗਾ ਜੀ ਵੋਇਸ ਰੇਜ਼ ਕਰੋਗੇ। ਸੰਧੂ ਸਾਹਿਬ ਹੁਣ ਗੱਲ ਕਰ ਰਹੇ ਸੀ ਆਪਾਂ ਇਮੀਗ੍ਰੇਸ਼ਨ ਦੀ, ਤੁਸੀਂ ਕਿਹਾ ਵੀ ਇੱਕ ਜਿਹੜੀ $500 ਦੀ ਫੀਸ ਜਾਂ ਪੈਨਲਟੀ ਜਿਸ ਪਾਸੋਂ ਇਹਨੂੰ ਆਪਾਂ ਦੇਖ ਲਈਏ, ਲੇਕਿਨ ਸਿਰਫ ਇੱਕ ਫੀਸ ਦਾ ਹੀ ਮੁੱਦਾ ਨਹੀਂ ਰਹਿ ਜਾਂਦਾ ਜੀ, ਬਹੁਤ ਸਾਰੀਆਂ ਹੋਰ ਚੀਜ਼ਾਂ ਨੇ, ਕਿਉਂਕਿ ਤੁਸੀਂ ਹੀ ਆਪ ਇੱਕ ਚੀਜ਼ ਮੈਨੂੰ ਦੱਸੀ ਹੈਗੀ ਹੈ ਕਿ ਕੋਈ ਵੀ ਬੰਦਾ ਜਿਹੜਾ ਇੱਥੇ ਇਮੀਗ੍ਰੈਂਟ ਦੇ ਤੌਰ 'ਤੇ ਆਉਂਦਾ ਹੈਗਾ ਆਪਦੀ ਸਾਰੀਆਂ ਕੁਆਲੀਫਿਕੇਸ਼ਨਸ ਦਿਖਾ ਕੇ ਆਉਂਦਾ ਹੈਗਾ, ਲੇਕਿਨ ਇੱਥੇ ਆ ਕੇ ਉਹਨੂੰ ਜੋਬ ਦਾ ਮਸਲਾ ਸਭ ਤੋਂ ਵੱਡਾ ਰਹਿੰਦਾ, ਕਿਤੇ ਨਾ ਕਿਤੇ ਉਹਨੂੰ ਇੱਕ ਐਸੀ ਸਰਵਾਈਵਿੰਗ ਜੋਬ ਕਰਨੀ ਪੈਂਦੀ ਹੈ ਜਿਹਦੇ ਕਰਕੇ ਉਹਨੂੰ ਕਈ ਕਿਤੇ ਨਾ ਕਿਤੇ ਆਪ ਨੂੰ ਵੀ ਫੀਲ ਹੁੰਦਾ ਹੈਗਾ ਕਿ ਆਹ ਪੜ੍ਹਾਈ ਮੈਂ ਕੀਤੀ ਨਹੀਂ ਸੀ। ਕਈ ਵਾਰ ਅੱਛੀ ਡਾਕਟਰ ਦੀਆਂ ਡਿਗਰੀਆਂ ਲੈ ਕੇ ਵੀ ਜਿਹੜਾ ਹੈਗਾ ਜੀ ਇੱਥੇ ਸਿਕਿਉਰਿਟੀ ਦਾ ਕੰਮ ਕਰਨਾ, ਐਸੇ ਇੱਕ ਮੁੱਦੇ ਬਹੁਤ ਜ਼ਿਆਦਾ ਜਿਹੜਾ ਜੀ ਚਰਚਾ ਦਾ ਵਿਸ਼ੇ ਵੀ ਰਹਿੰਦੇ ਆ। ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਇਕੱਲੀ ਫੀਸ ਦਾ ਇੱਕ ਮੁੱਦਾ ਨਹੀਂ ਰਹਿ ਜਾਂਦਾ ਹੈਗਾ ਜੀ ਆਪਾਂ ਅਸੀਂ ਆਪਦੇ MLA ਤੋਂ ਅਗਰ ਉਮੀਦ ਕਰੀਏ ਤਾਂ? ਹਾਂਜੀ ਬਿਲਕੁਲ ਸਹੀ ਗੱਲ ਆ, ਇਕੱਲਾ ਫੀਸ ਦਾ ਮੁੱਦਾ ਨਹੀਂ ਗਾ, ਇਹਦੇ 'ਤੇ ਜਿਹੜੇ ਮੁੱਦੇ ਨੇਗੇ ਜਿਹੜੇ ਹੈਗਾ ਵੀ ਇਹਦੀ ਐਜੂਕੇਸ਼ਨ ਲਈ ਤੁਹਾਨੂੰ ਕਿਹੜੇ ਹਿਸਾਬ ਨਾਲ ਤੁਹਾਨੂੰ ਪ੍ਰਮੋਟ ਕਰਨਾ ਹੈ ਜੀ, ਜਿਹੜੀ ਕਿ ਗੌਰਮੈਂਟ ਤੁਹਾਨੂੰ ਕੁਛ ਦੱਸ ਨਹੀਂ ਰਹੀ ਹੈ ਇਸ ਵੇਲੇ। ਜਿਹੜਾ $500 ਦਾ ਮਤਲਬ ਇਹੀ ਆ ਵੀ ਜਿਹੜਾ ਹੁਣ ਤੁਹਾਨੂੰ ਲਾਇਆ ਵੀ ਹੈ ਜਿਹੜਾ $500 ਜੀ, ਉਹਨੂੰ ਐਟਲੀਸਟ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਨੂੰ ਐਡਵਰਟਾਈਜ਼ਮੈਂਟ ਕੀਤਾ ਜਾਵੇ, ਕਿਸੇ ਤਰ੍ਹਾਂ ਸਹੂਲਤ ਦਿੱਤੀ ਜਾਵੇ, ਜਿਹੜਾ ਵੀ ਕੋਈ ਇਮੀਗ੍ਰਾਂਟ ਆਉਂਦਾ ਹੈਗਾ
ਉਹਨੂੰ ਕਿੱਥੇ ਜਾਣਾ ਗਾ, ਕਿਵੇਂ ਕਰਨਾ ਗਾ, ਕਿਹੜੀਆਂ ਕੋਈ ਡਿਸ ਜਦੋਂ ਕਲਾਸਾਂ ਲੈਂਦੇ ਆ ਜੀ, ਉਹਨਾਂ ਨੂੰ ਕੋਈ ਵੀ ਪੈਸੇ ਦੇ ਤੌਰ 'ਤੇ ਉਹਨੂੰ ਫੀਸ ਘੱਟ ਦੇਣੀ ਪਵੇ, ਕੁਛ ਨਾ ਕੁਛ ਕਰਨਾ ਪਵੇ, ਉਹ ਕੁਛ ਨਹੀਂ ਕੀ ਹੋ ਰਿਹਾ ਜੀ। ਉਹ ਪੈਸਾ ਸਿਰਫ ਉਵੇਂ ਦਾ ਉਵੇਂ ਪਿਆ ਗਾ ਜੀ, ਪੈਸਾ ਗੌਰਮੈਂਟ ਕੋਲ ਪਿਆ ਗਾ, ਐਂ ਨਹੀਂ ਹੈਗਾ ਗਾ, ਪਰ ਉਹ ਯੂਜ਼ ਨਹੀਂ ਕਰ ਰਹੇ ਪੈਸੇ। ਬਿਲਕੁਲ, ਲੇਕਿਨ ਉਹਦੇ 'ਚ ਕਿਤੇ ਤੁਸੀਂ ਨਹੀਂ ਮੰਨਦੇ ਕਿ ਕੋਈ ਪਾਲਿਸੀ ਐਸੀ ਹੋਣੀ ਚਾਹੀਦੀ ਵੀ ਜਿਹੜਾ ਵੀ ਕੋਈ ਕੁਆਲੀਫਿਕੇਸ਼ਨ ਜੋ ਲੈ ਕੇ ਆ ਰਿਹਾ ਹੈਗਾ, ਕਿਤੇ ਨਾ ਕਿਤੇ ਉਹਨੂੰ ਜਿਹੜਾ ਹੈਗਾ ਜਾਂ ਤਾਂ ਉਹਦੇ ਕੋਈ ਪੁਆਇੰਟਸ ਜਿਹੜੇ ਨੇ ਜੀ ਉਹ ਕਾਊਂਟ ਕੀਤੇ ਜਾਣੇ, ਅਗਰ ਉਹ ਸੇਮ ਸਟ੍ਰੀਮ ਦੇ ਵਿੱਚ ਆਪਦੀ ਕੋਈ ਜੋਬ ਦੇਖਦਾ ਹੈਗਾ ਜਾਂ ਉਹਦੀ ਭਾਲ ਕਰਦਾ ਹੈਗਾ। ਬਿਲਕੁਲ, ਕਾਊਂਟ ਤਾਂ ਕਰਨੇ ਚਾਹੀਦੇ ਜੀ, ਪਰ ਉਹੀ ਆ ਜਾਂਦੀ ਵੀ ਆਪਾਂ ਕਿਵੇਂ ਉਹਨਾਂ ਨੂੰ ਕਾਊਂਟ ਕਰੀਏ, ਕਿਹੜੇ ਹਿਸਾਬ ਨਾਲ ਉਹਨਾਂ ਨੂੰ ਮਾੜਾ ਮੋਟਾ ਇੱਥੇ ਦਾ ਜਿਹੜਾ ਐਜੂਕੇਸ਼ਨ ਸਿਸਟਮ ਦੇ ਨਾਲ ਆਪਾਂ ਨੂੰ ਨਾਲ ਦੀ ਨਾਲ ਅਟੈਚ ਕਰਨਾ ਪੈਣਾ ਗਾ, ਕਿਵੇਂ ਨਾ ਕਿਵੇਂ ਉਹਨਾਂ ਨੂੰ ਵਿੱਚ ਲਿਜਾਣਾ ਪੈਣਾ ਗਾ ਉਹ ਸਟ੍ਰੀਮ ਦੇ ਵਿੱਚ ਲਿਜਾਣ ਲਈ। ਉਹੀ ਹੈ ਵੀ ਜਾਂ ਤਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਜਦੋਂ ਆਉਂਦੇ ਆ ਕੁਛ ਕੁ ਟਾਈਮ ਲਈ ਉਹਨਾਂ ਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਜਿਹੜਾ ਵੀ ਉਹ ਸਟੱਡੀ ਪੂਰੀ ਕਰ ਸਕਣ, ਜਿਹੜਾ ਵੀ ਉਹਨਾਂ ਨੂੰ ਪਤਾ ਲੱਗੇ ਵੀ ਸਟ੍ਰੀਮ ਕੀ ਆ, ਕਿਵੇਂ ਚੱਲਦਾ ਗਾ, ਵੀ ਕਿਹੜਾ ਸਿਸਟਮ ਆ ਇੱਥੇ ਕਿਵੇਂ ਆ, ਅਤੇ ਆਪਣਾ ਇੰਡੀਆ ਤੋਂ ਆਉਣੇ ਜਾਂ ਤਾਂ ਆਪਣਾ ਕੀ ਸਿਸਟਮ ਸੀਗਾ। ਠੀਕ ਹੈ ਜੀ, ਅਤੇ ਇਹਦੇ ਨਾਲ ਹੀ ਇੱਕ ਜੁੜਿਆ ਸਵਾਲ ਹੁੰਦਾ ਜੀ, ਸਾਡੇ ਆਪਦੇ ਬੱਚੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਵਜੋਂ ਇਸ ਮੁਲਕ ਦੇ ਵਿੱਚ ਆਉਂਦੇ ਆ, ਕਿਉਂਕਿ ਸਟੂਡੈਂਟ ਇੱਕ ਐਸੀ ਮੈਂ ਵਰਗ ਕਹੂੰਗੀ ਜੀ ਕਿ ਜਿਹਦੇ ਵਿੱਚ ਲੱਖਾਂ ਹੀ ਪੈਸੇ ਲਾ ਕੇ ਮਾਂ ਬਾਪ ਆਪਣੇ ਜਿਹੜੇ ਆ ਜੀ ਬੱਚਿਆਂ ਨੂੰ ਕੈਨੇਡਾ ਘੱਲਦੇ ਨੇ, ਔਰ ਕੋਈ ਵੀ ਐਸਾ ਬੱਚਾ ਮੈਂ ਨਹੀਂ ਕਹੂੰਗੀ ਜੀ ਕਿ ਉਹ ਇਹ ਸੋਚ ਕੇ ਆਉਂਦਾ ਹੈਗਾ ਕਿ ਪੜ੍ਹਾਈ ਮੁਕੰਮਲ ਕਰਕੇ ਮੈਂ ਵਾਪਸ ਇੰਡੀਆ ਪਰਤੇ ਜਾਣਾ ਹੈਗਾ ਜਾਂ ਆਪਦੀ ਬੈਕ ਹੋਮ ਚੱਲ ਜਾਣਾ। ਹਰ ਇੱਕ ਬੱਚਾ ਜਦੋਂ ਇੱਥੇ ਸਟੂਡੈਂਟ ਦੇ ਵਜੋਂ ਆਉਂਦਾ ਹੈਗਾ ਜੀ, ਸਟੱਡੀ ਪਰਮਿਟ ਲੈ ਕੇ ਆਉਂਦਾ, ਕਿਤੇ ਨਾ ਕਿਤੇ ਸੁਪਨਾ ਇਹੀ ਹੁੰਦਾ ਕਿ ਇੱਥੇ ਇੱਕ ਦਿਨ PR ਹੋ ਕੇ ਇਸੇ ਮੁਲਕ ਦਾ ਮੈਂ ਵਾਸੀ ਬਣ ਜਾਣਾ ਹੈਗਾ। ਲੇਕਿਨ ਫੀਸਾਂ ਦੀ ਗੱਲ ਕਰੀਏ ਸੰਧੂ ਸਾਹਿਬ, ਫੀਸਾਂ ਤੋਂ ਬਾਅਦ ਗੱਲ ਕਰੀਏ ਜੀ ਉਹਨਾਂ ਦੇ ਹੈਲਥ ਕੇਅਰ, ਕਿਉਂਕਿ ਸ਼ਾਇਦ ਤੁਹਾਨੂੰ ਪਤਾ ਹੀ ਹੋਊਗਾ ਜੀ ਕਿ ਪਿਛਲੇ ਸਾਲ ਮੈਨੀਟੋਬਾ ਹੈਲਥ ਨੇ ਇਹ ਕਿਹਾ ਹੈਗਾ ਜੀ ਕਿ ਉਹਨਾਂ ਨੂੰ ਅਸੀਂ ਕਵਰ ਨਹੀਂ ਕਰਾਂਗੇ। ਠੀਕ ਹੈ ਜੀ, ਇੱਕ ਐਸਾ ਵਰਗ ਜਿੱਥੋਂ ਇੰਨੀਆਂ ਫੀਸਾਂ ਆਉਂਦੀਆਂ ਨੇ, ਲੇਕਿਨ ਉਹਨਾਂ ਨੂੰ ਦਰਕਨਾਰ ਕਰਤਾ ਜੀ ਹੈਲਥ ਵਜੋਂ। ਸੋ ਇਹਨੂੰ ਲੈ ਕੇ ਪਹਿਲਾਂ ਤਾਂ ਮੈਨੂੰ ਇਹ ਦੱਸੋ ਜੀ ਕਿ ਤੁਸੀਂ ਜਿਹੜਾ ਫੀਸਾਂ ਦੀ ਅਗਰ ਮੈਂ ਗੱਲ ਕਰਾਂ, ਕਿਉਂਕਿ ਇੱਕ ਇੱਕ ਸਾਲ ਦੀ ਜਿਹੜੀ ਫੀਸ ਆ ਜੀ 18-18, 19-19 ਹਜ਼ਾਰ ਡਾਲਰ ਹੈਗੀ ਆ, ਐਜ਼ ਕੰਪੇਅਰ ਟੂ ਜਿਹੜਾ ਅਗਰ ਇੱਥੋਂ ਦਾ ਇੱਕ ਰੈਜੀਡੈਂਟ ਬੱਚਾ ਅਗਰ ਪੜ੍ਹਦਾ ਹੈਗਾ, ਉਹਦੀ ਫੀਸ ਜਿਹੜੀ ਹੈ 4,000 ਜਾਂ 5,000 ਡਾਲਰ ਹੁੰਦੀ ਆ। ਸੋ ਇਸ ਨੂੰ ਲੈ ਕੇ ਕੀ ਪੱਖ ਰਹੇਗਾ ਜੀ ਤੁਹਾਡਾ, ਕੀ ਤੁਸੀਂ ਇਸ ਚੀਜ਼ ਬਾਰੇ ਵੀ ਕਦੇ ਜਿਹੜਾ ਹੈਗਾ ਜੀ ਕੋਈ ਪੋਲਿਸੀ ਬਾਰੇ ਜ਼ਰੂਰ ਗੱਲਬਾਤ ਬਾਰੇ ਸੋਚਿਆ ਹੈਗਾ ਜੀ ਕਿ ਫੀਸਾਂ ਥੋੜ੍ਹੀਆਂ ਘੱਟ ਹੋਣੀਆਂ ਚਾਹੀਦੀਆਂ ਹੈਗੀਆਂ ਬੱਚਿਆਂ ਦੀਆਂ, ਜਾਂ ਉਹਦੇ ਅਕੋਰਡਿੰਗਲੀ ਉਹਨਾਂ ਨੂੰ ਜਿਹੜਾ ਹੈਗਾ ਜੀ ਹੈਲਪ ਵੀ ਕੀਤੀ ਜਾਵੇ, ਕੋਈ ਪੋਲਿਸੀ ਐਸ ਸੱਚ ਹੋਵੇ ਜਿਹੜੀ, ਕੋਈ ਇਹ 'ਚ ਜੀ ਕੋਈ ਪੋਲਿਸੀ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਹੜੀ ਹੈਲਪ ਕੀਤੀ ਜਾਵੇ ਇਹਨਾਂ ਨੂੰ, ਐਂ ਨਾ ਕਿਉਂਕਿ ਇੱਥੋਂ ਜਿਹੜੇ ਫਿਰ ਲੋਕਲ ਜਿਹੜੇ ਇੱਥੇ ਦੇ ਜਵਾਕ ਆ ਫਿਰ ਉਹ ਰੌਲਾ ਪਾਉਂਦੇ ਜੀ ਸਾਨੂੰ ਐਡਮਿਸ਼ਨ ਨਹੀਂ ਮਿਲਦੀ ਹੋਸਪਿਟਲ ਜਾਂਦੀ ਕਾਲਜ ਦੇ ਵਿੱਚ, ਅਤੇ ਇਸ 'ਤੇ ਵੀ ਆਪਾਂ ਨੂੰ ਚਾਹੀਦਾ ਹੈਗਾ ਵੀ ਕਿਵੇਂ ਨਾ ਕਿਵੇਂ ਆਪਾਂ ਵੀ ਉਹਨਾਂ ਨੂੰ ਫੀਸ ਘਟਾਉਣ ਦੀ ਬਜਾਏ ਜਿਹੜੇ ਫੀਸ ਆ ਉਹਨਾਂ ਦੀ ਕੋਈ ਨਾ ਕੋਈ ਲਿਮਿਟ ਕੀਤੀ ਜਾਵੇ ਵੀ ਸੀਟਾਂ ਘਟਾਈਆਂ ਜਾਣ ਜਾਂ ਵਧਾਈਆਂ ਜਾਣ ਜੀ ਕਿਵੇਂ, ਉਹ ਕਰਨਾ ਪੈਣਾ ਹੈਗਾ ਜੀ। ਪਰ ਸੀਟਾਂ ਦਾ ਤਾਂ ਰੌਲਾ ਹੋਰ ਆ ਮਿੰਟੂ ਸਾਹਿਬ, ਸੀਟਾਂ ਤਾਂ ਇਹ ਹੁੰਦੀਆਂ ਨੇ ਵੀ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਸੀਟਾਂ ਉਹਨਾਂ ਵਾਲੀਆਂ ਪਹਿਲਾਂ ਹੀ ਜ਼ਬਤ ਕਰ ਲਈਆਂ ਜਾਂਦੀਆਂ ਨੇ। ਮੈਂ ਜ਼ਬਤ ਵਰਡ ਇੱਥੇ ਤਾਂ ਵਰਤ ਰਹੀ ਹਾਂ ਕਿਉਂਕਿ ਇਹ ਹੋ ਰਿਹਾ ਹੈਗਾ ਜੀ, ਸਿੱਧਾ ਕਾਲਜ ਤੋਂ ਜਾ ਕੇ ਸੀਟ ਜਿਹੜੇ ਸਾਡੇ ਆਪਦੇ ਬੱਚੇ ਨੇ ਉਹਨਾਂ ਨੂੰ ਸੀਟ ਤਾਂ ਨਹੀਂ ਮਿਲਦੀ ਕਿਉਂਕਿ ਸੀਟਾਂ ਉਹ ਪਹਿਲਾਂ ਹੀ ਬਾਏ ਕਰਕੇ ਜਾਂ ਉਹਨਾਂ ਨੂੰ ਰੱਖ ਲਿਆ ਜਾਂਦਾ ਹੈਗਾ। ਸੋ ਮੇਰੇ ਖਿਆਲ ਨਾਲ ਰੌਲਾ ਇਹ ਨਹੀਂ ਹੈਗਾ ਜੀ ਕਿ ਫੀਸ, ਕਿਉਂਕਿ ਫੀਸ ਦੇ ਵਿੱਚ ਅੱਧੋ ਅੱਧਾ ਵੀ ਫਰਕ ਨਹੀਂ ਹੈਗਾ, ਅੱਧੇ ਤੋਂ ਜ਼ਿਆਦਾ ਦਾ ਫਰਕ ਹੈਗਾ, ਰਾਈਟ? ਤਾਂ ਉਹਦੇ 'ਚ ਆਪਾਂ ਜੇ ਗੱਲ ਕਰੀਏ ਕਿ ਉਹ NDP ਇਸ ਬਾਰੇ ਕੀ ਸੋਚਦੀ, ਕਿਉਂਕਿ ਕਦੇ ਵੀ NDP ਨੂੰ ਇਸ ਬਾਰੇ ਗੱਲ ਕਰਦੇ ਕਦੇ ਨਹੀਂ ਸੁਣਿਆ ਗਿਆ ਹੈਗਾ। ਨਹੀਂ ਜੀ, ਬਿਲਕੁਲ ਜ਼ਰੂਰ ਅਸੀਂ ਆਪਦੇ ਲੀਡਰ ਸਾਹਿਬ ਕੋਲ ਵੀ ਰੇਜ਼ ਕਰਾਂਗੇ ਇਸ਼ੂ, ਅਤੇ ਵੈਸੇ ਡੋਰ ਸਟੈਪਸ 'ਤੇ ਗਏ ਹਾਂ ਤਾਂ ਇਹੋ ਜਿਹਾ ਕੋਈ ਸਾਨੂੰ ਇਸ਼ੂ ਆਇਆ ਨਹੀਂ ਗਾ ਸਾਡੇ ਧਿਆਨ ਦੇ ਵਿੱਚ, ਨਾ ਹੀ ਕਿਸੇ ਨੇ ਰੇਜ਼ ਕੀਤਾ ਗਾ, ਅਤੇ ਅਸੀਂ ਜ਼ਰੂਰ ਆਪਦੇ ਲੀਡਰ ਸਾਹਿਬ ਨਾਲ ਬਾਬ ਕਾਨੂੰਨ ਨਾਲ ਇਸ ਵਿਸ਼ੇ 'ਤੇ ਵੀ ਗੱਲ ਕਰਾਂਗੇ। ਹਾਂਜੀ ਬਿਲਕੁਲ, ਅਤੇ ਹੈਲਥ ਕੇਅਰ ਦੀ ਗੱਲ ਕਰੀਏ ਸੰਧੂ ਸਾਹਿਬ, ਕਿਉਂਕਿ ਹੈਲਥ ਕੇਅਰ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈਗਾ, ਚਾਹੇ ਤੁਸੀਂ ਹੋਵੋ ਚਾਹੇ ਮੈਂ ਹੋਵਾਂ ਜਾਂ ਕੋਈ ਵੀ ਐਸਾ ਇੱਕ ਪਰਸਨ ਜਿਹੜਾ ਕੈਨੇਡਾ 'ਚ ਰਹਿ ਰਿਹਾ, ਚਾਹੇ ਉਹ ਵਰਕ ਪਰਮਿਟ 'ਤੇ ਰਹਿ ਰਿਹਾ ਜੀ, ਚਾਹੇ ਉਹ ਸਟੂਡੈਂਟ ਪਰਮਿਟ 'ਤੇ ਹੈਗਾ, ਇਸ ਦੇ ਵਿੱਚ ਜਦੋਂ ਕੋਈ ਵੀ ਬੱਚਾ ਫੀਸ ਭਰ ਰਿਹਾ ਹੈਗਾ ਤਾਂ ਹੈਲਥ ਸਿਸਟਮ ਉਹਨੂੰ, ਹਾਲਾਂਕਿ 2018 ਤੱਕ ਹੈਲਥ ਸਿਸਟਮ ਉਹਨਾਂ ਨੂੰ ਕਵਰ ਕਰ ਹੀ ਰਿਹਾ ਸੀਗਾ, ਲੇਕਿਨ ਸਿਰਫ ਸਪਟੈਂਬਰ 2018 ਤੋਂ ਬਾਅਦ ਜਿਹੜਾ ਹੈਗਾ ਜੀ ਇਹ ਹੈਲਥ ਕੱਟਸ, ਇਹਦੇ 'ਚ ਵੀ ਮੈਂ ਹੈਲਥ ਕੱਟ ਹੀ ਕਹੂੰਗੀ। ਸੋ ਇਹਨੂੰ ਲੈ ਕੇ ਕੋਈ ਪੋਲਿਸੀ ਜਿਹੜੀ ਤੁਹਾਡੇ ਲੀਡਰ ਨਾਲ ਜੀ ਕਦੇ ਡਿਸਕਸ ਹੋਈ ਹੋਵੇ ਜਾਂ NDP ਪਾਰਟੀ ਦਾ ਕੋਈ ਏਜੰਡਾ ਹੋਵੇ ਜੀ ਇਸ? ਨਹੀਂ ਹੈਸੇ ਜੀ, ਇਸ ਬਾਰੇ ਡਿਸਕਸ਼ਨ ਤਾਂ ਕੋਈ ਹੋਇਆ ਨਹੀਂ, ਪਰ ਮੇਰਾ ਆਪਦੇ ਪਰਸਨਲ ਵਿਊ ਨੇ ਵੀ ਉਹਨਾਂ ਦੀ ਕਵਰੇਜ ਜ਼ਰੂਰ ਚਾਹੀਦੀ ਹੈ, ਕਿਉਂਕਿ ਪਹਿਲਾਂ ਵੀ ਕੋਈ ਇੰਨਾ ਕੋਈ ਖਾਸ ਜ਼ਿਆਦਾ ਵੀ ਨਹੀਂ ਹੈਗਾ, ਅਰਾਊਂਡ ਆਈ ਥਿੰਕ ਅਰਾਊਂਡ 2 ਮਿਲੀਅਨ ਤੋਂ ਵੀ ਘੱਟ ਘੱਟ ਸੀਗਾ ਜਿਹੜੇ ਇਹ ਪੈਸੇ ਜਿਹੜੇ ਸੀਗੇ ਜਿਹੜੇ ਸਪੈਂਡ ਕਰਦੇ ਸੀ ਆਪਾਂ, ਅਤੇ ਜਿਹੜਾ ਕਿ ਆਪਾਂ ਨੂੰ ਆਪਣੀ ਇਕਾਨਮੀ ਦੇ ਵਿੱਚ ਉਹ ਬਹੁਤ ਵੱਡਾ ਜ਼ਿਆਦਾ ਯੋਗਦਾਨ ਪਾ ਰਿਹਾ। ਬਿਲਕੁਲ,
ਕਿਉਂਕਿ ਅੱਜ ਗੱਲ ਕਰੀਏ ਸੰਧੂ ਸਾਹਿਬ, ਜਿਹੜੇ ਸਟੂਡੈਂਟਸ ਨੇ ਹਾਲਾਂਕਿ ਇੰਸ਼ੋਰੈਂਸ ਦੇ ਥਰੂ, ਉਹ ਕਾਲਜਾਂ ਦੇ ਥਰੂ ਉਹਨਾਂ ਨੂੰ ਹੈ ਨਾ ਜਿਹੜੀ ਮਨਮਾਨੀ ਫੀਸ ਹੈਗੀ ਜੋ ਦੇ ਕੇ ਇੰਸ਼ੋਰੈਂਸ ਦੇ ਵੀ ਪੈਸੇ ਉਹਨਾਂ ਨੂੰ ਕਾਲਜ ਨੂੰ ਦੇਣੇ ਪੈਂਦੇ ਨੇ, ਇਹੀ ਜੇ ਪੈਸਾ ਸਰਕਾਰ ਦੇ ਵੱਲ ਜਾਂਦਾ ਹੋਵੇ ਤਾਂ ਕਿਤੇ ਨਾ ਕਿਤੇ ਰੈਵਨਿਊ ਜਿਹੜਾ ਹੈਗਾ ਜੇ ਜਨਰੇਟ ਹੁੰਦਾ ਹੀ ਹੈਗਾ, ਰਾਈਟ? ਸੋ ਉਸ ਚੀਜ਼ ਨੂੰ ਲੈ ਕੇ ਅਸੀਂ ਉਮੀਦ ਕਰਾਂਗੇ ਕਿ ਤੁਹਾਡੀ ਪਾਰਟੀ ਜਾਂ ਤੁਸੀਂ ਜਿਹੜਾ ਹੈਗਾ ਜੀ ਆਪਣੇ ਲੀਡਰ ਨੂੰ ਲੈ ਕੇ ਜਿਹੜਾ ਹੈਗਾ ਇਸ ਬਾਰੇ ਜ਼ਰੂਰ ਜਿਹੜਾ ਸਟੂਡੈਂਟਸ ਨੇ ਉਹਨਾਂ ਨਾਲ ਗੱਲ ਕੀਤੀ ਜਾਵੇ। ਨਹੀਂ ਜੀ, ਬਿਲਕੁਲ ਜੀ, ਬਿਲਕੁਲ ਜੀ। ਸੋ ਅਗਲਾ ਜਿਹੜਾ ਸਵਾਲ ਹੈਗਾ ਸੰਧੂ ਸਾਹਿਬ, ਉਹ ਮੇਰਾ ਤੁਹਾਨੂੰ ਹੋਏਗਾ ਜੀ ਪੋਲਿਊਸ਼ਨ ਨੂੰ ਲੈ ਕੇ, ਕਿਉਂਕਿ ਕਾਰਬਨ ਟੈਕਸ ਹੈ ਨਾ, ਕਾਰਬਨ ਟੈਕਸ ਕਿਤੇ ਨਾ ਕਿਤੇ ਸਾਡੇ ਆਪਦੇ ਇਨਵਾਇਰਮੈਂਟ ਨਾਲ, ਇਨਵਾਇਰਮੈਂਟ ਇੱਕ ਐਸੀ ਚੀਜ਼ ਹੈ ਜੀ ਜਿਹੜਾ ਸਾਰੀ ਦੁਨੀਆ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਵਾ, ਅਤੇ ਰੀਸੈਂਟਲੀ ਜਿਹੜਾ ਹੈਗਾ ਜੀ ਕਾਰਬਨ ਟੈਕਸ ਜਿਹੜਾ ਸੀ ਉਹ ਐਡ ਅਪ ਕੀਤਾ ਗਿਆ, ਤੁਸੀਂ ਕੀ ਮੰਨਦੇ ਹੋ ਜੀ ਕਾਰਬਨ ਟੈਕਸ ਕੀ ਇਹ ਵਾਕਈ ਲਾਹੇਵੰਦ ਸੀਗਾ? ਕਿਉਂਕਿ ਕਾਰਬਨ ਟੈਕਸ ਲਾਉਣ ਪਿੱਛੇ ਪਾਰਟੀ ਦੀਆਂ ਆਪਦੀਆਂ ਜਿਹੜੀਆਂ ਸੀ ਜੀ ਉਹ ਪਾਲਿਸੀ ਸੀਗੀਆਂ, ਪਰ ਤੁਸੀਂ ਕੀ ਮੰਨਦੇ ਹੋ ਜੀ ਇਸ ਨੂੰ ਲੈ ਕੇ? ਮੈਂ ਹਜੇ ਤੱਕ ਤਾਂ ਜੀ ਉਹਦੇ 'ਚੋਂ ਕੋਈ ਨਹੀਂ ਨਿਕਲਿਆ, ਕੋਈ ਨਤੀਜਾ ਨਹੀਂ ਨਿਕਲਿਆ ਹਜੇ ਤੱਕ, ਤਾਂ ਸਿਰਫ ਮਨੀ ਗ੍ਰੈਬ ਵਾਲਾ ਕੰਮ ਹੀ ਹੈਗਾ ਜੀ ਜਿਹੜਾ ਦੇਖਿਆ ਹਜੇ ਤੱਕ, ਜਿਹੜਾ ਲਿਬਰਲ ਗਵਰਨਮੈਂਟ ਨੇ ਸ਼ੁਰੂ ਕੀਤਾ ਹੈਗਾ ਜੀ ਫੈਡਰਲ ਤੌਰ 'ਤੇ ਜੀ, ਪਰ ਸ਼ੁਰੂ ਵੀ ਹੁਣੀ ਹੋਇਆ ਸੰਧੂ ਸਾਹਿਬ ਨਾ, ਹਰੇਕ ਚੀਜ਼ ਦਾ ਨਤੀਜਾ ਜਿਹੜਾ ਹੁੰਦਾ ਹੁੰਦਾ ਹੀ ਹੁੰਦਾ ਹੁੰਦਾ ਨਿਕਲੂਗਾ ਜੀ ਜਿਹੜਾ, ਕਿਉਂਕਿ ਜਿਹੜਾ ਪ੍ਰੋਵਿੰਸਲ ਗਵਰਨਮੈਂਟ ਨੇ ਵੀ ਆਪਦਾ ਇਹਦੇ ਤੇ ਫਲਿੱਪ ਫਲਾਪ ਕੀਤਾ ਹੈਗਾ ਜੀ, ਪਹਿਲਾਂ ਤਾਂ ਐਗਰੀ ਹੋਇਆ ਫਿਰ ਉਹਨਾਂ ਨੇ ਵਿਦਡਰਾ ਕੀਤਾ ਜੀ ਜੀ। ਸਾਡੇ ਕੋਲੇ ਵੀ, ਸਾਡੇ NDP ਪਾਰਟੀ ਨੇ ਵੀ ਇਹਦੇ ਤੇ ਵਿਸ਼ੇ ਤੇ ਇੱਕ ਬਹੁਤ ਵਧੀਆ ਪਲਾਨ ਕੀਤਾ ਹੈਗਾ ਜੀ, ਡਰਾਫਟ ਕੀਤਾ ਹੈਗਾ, ਜਿਹੜਾ ਕਿ ਅਸੀਂ ਬਹੁਤ ਛੇਤੀ ਰਿਲੀਜ਼ ਕਰ ਰਹੇ ਹਾਂ ਇਹਨੂੰ। ਕੀ ਨਾਮ ਕੁਛ ਦੱਸਣਾ ਚਾਹੋਗੇ ਜੀ ਸਾਨੂੰ ਇੱਥੇ? ਇਹਦੇ ਤੇ ਇਹ ਹੋਗਾ ਜਿਹੜਾ ਬੇਸਿਕ, ਜਿਹੜੇ ਆਮ ਰੈਗੂਲਰ ਪੀਪਲ ਆ ਜੀ ਉਹਨਾਂ 'ਤੇ ਕੋਈ ਬੋਝ ਨਹੀਂ ਪਿਆ ਜਾਊਗਾ, ਜਿਹੜੇ ਬਿਗ ਪਲੂਟਰ ਆ ਉਹਨਾਂ ਨੂੰ ਜ਼ਰੂਰ ਪੈ ਕੋਈ ਨਾ ਕੋਈ ਕਾਸਟ ਪੇ ਕਰਨੀ ਪਊਗੀ, ਪਰ ਉਹ ਅਸੀਂ ਅਗਲੇ ਹਫ਼ਤੇ ਜਾਂ ਦੋ ਹਫ਼ਤਿਆਂ ਦੇ ਵਿੱਚ ਇਹਦੇ ਬਾਰੇ ਰਿਲੀਜ਼ ਕਰਾਂਗੇ। ਠੀਕ ਹੈ ਜੀ, ਬਿਗ ਪਲੂਟਰ ਤੁਸੀਂ ਜੇ ਆਪਾਂ, ਮੈਂ ਤੁਹਾਨੂੰ ਅਗਰ ਮੈਂ ਜਾਣਨਾ ਚਾਹਾਂ ਜੀ ਕਿਸ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਵੀ ਉਹ ਉਹਨਾਂ ਉਸ ਦੇ ਵਿੱਚ ਕੌਣ ਕੌਣ ਸ਼ਾਮਿਲ ਮੰਨਦੀ ਹੈਗੀ ਜੀ NDP ਪਾਰਟੀ, ਕਿਹਨੂੰ ਕਿਹਨੂੰ ਸ਼ਾਮਿਲ ਮੰਨਦੀ ਹੈ ਇਹਦੇ 'ਚ ਜੀ? ਤੁਹਾਨੂੰ ਪਲਾਨ ਦੇ ਵਿੱਚ ਹੀ ਪਤਾ ਲੱਗੂਗਾ ਵੀ ਉਹ ਪਲੂਟਰ ਵੱਡੇ ਵੱਡੇ, ਪਰ ਥੋੜ੍ਹਾ ਜਿਹਾ ਸਾਨੂੰ ਪਲਾਨ ਬਾਰੇ ਤਾਂ ਆਈਡੀਆ ਦੇ ਸਕਦੇ ਹੋ? ਪਲਾਨ ਬਾਰੇ ਜੀ ਆਪਾਂ ਜਦੋਂ ਰਿਲੀਜ਼ ਹੋ ਗਿਆ ਜ਼ਰੂਰ ਦੱਸਿਆ ਜਾਊਗਾ। ਠੀਕ ਹੈ ਜੀ, ਸੋ ਕਾਰਬਨ ਟੈਕਸ ਬਾਰੇ ਜਿਹੜਾ ਹੈਗਾ ਤਕਰੀਬਨ ਇੱਥੇ ਇਸ ਗੱਲਬਾਤ ਨੂੰ ਜੀ ਮੈਂ ਜਿਹੜਾ ਹੈਗਾ ਜੀ ਇੱਕ ਵਿਰਾਮ ਦਿੰਦੀ ਹਾਂ ਇੱਕ ਬ੍ਰੇਕ ਦੇ ਲਈ। ਉਮੀਦ ਕਰਦੀ ਹਾਂ ਜੀ ਕਿ ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਹੋਗੇ, ਔਰ ਸਮਾਂ ਹੋ ਚੱਲਿਆ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ, ਤੁਸੀਂ ਪ੍ਰੋਗਰਾਮ ਦੇ ਨਾਲ ਇਸੇ ਤਰੀਕੇ ਨਾਲ ਜੁੜੇ ਰਹਿਣਾ ਜੀ। ਵਾਪਸੀ ਕਰਦੇ ਹਾਂ ਬਹੁਤ ਛੇਤੀ ਇਲੈਕਸ਼ਨ ਸਪੈਸ਼ਲ ਦੇ ਵਿੱਚ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਇਲੈਕਸ਼ਨ ਸਪੈਸ਼ਲ ਦੇ ਵਿੱਚ, ਅਤੇ ਸਾਡੀ ਗੱਲਬਾਤ ਜਿਹੜੀ ਹੈਗੀ ਹੈ ਜੀ ਉਹ ਮੇਪਲ ਤੋਂ NDP ਕੈਂਡੀਡੇਟ ਮਿਸਟਰ ਮਿੰਟੂ ਸੰਧੂ ਨਾਲ ਚੱਲ ਰਹੀ ਹੈ ਜੀ। ਗੱਲਾਂ ਬਾਤਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਉਹਨਾਂ ਤੋਂ ਵੱਖ ਵੱਖ ਪਹਿਲੂਆਂ ਦੇ ਉੱਤੇ ਗੱਲਬਾਤ ਕਰਨ ਦੀ, ਸੋ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਜੀ ਆਪਾਂ ਗੱਲਬਾਤ ਨੂੰ ਜਾਰੀ ਰੱਖਦੇ ਹੈਗੇ ਹਾਂ। ਸੰਧੂ ਸਾਹਿਬ, ਅਗਲਾ ਮੇਰਾ ਸਵਾਲ ਹੈਗਾ ਜੀ MPI ਮੈਨੀਟੋਬਾ ਪਬਲਿਕ ਇੰਸ਼ੋਰੈਂਸ। ਪਿਛਲੇ ਕੁਛ ਇੱਕ ਦਿਨਾਂ ਦੇ ਵਿੱਚ ਇਹ ਗੱਲ ਵੀ ਕਾਫੀ ਸੁਣਨ 'ਚ ਆ ਰਹੀ ਹੈਗੀ ਆ ਕਿ ਜਿਹੜੀ ਰੂਲਿੰਗ ਪਾਰਟੀ ਹੈਗੀ ਹੈ ਜੀ ਉਹ ਇਸ ਨੂੰ ਪ੍ਰਾਈਵੇਟ ਕਰਨ ਬਾਰੇ ਜਿਹੜਾ ਹੈਗਾ ਸੋਚ ਰਹੀ ਹੈਗੀ ਆ ਜਾਂ ਪ੍ਰਪੇਅਰ ਹੋ ਰਹੀ ਹੈਗੀ ਜਾਂ ਸਾਨੂੰ ਕਰ ਵੀ ਰਹੀ ਹੈਗੀ ਆ। ਸੋ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਨੂੰ ਅਗਰ ਪ੍ਰਾਈਵੇਟ ਕੀਤਾ ਜਾਂਦਾ ਹੈਗਾ, ਕੀ ਇਹ ਵਾਕਈ ਲੋਕਾਂ ਦੇ ਹੱਕ 'ਚ ਹੈਗਾ ਕਿ ਜਾਂ ਤੁਸੀਂ ਮੰਨਦੇ ਹੈਗੇ ਹੋ ਕਿ ਨਹੀਂ ਇਹ ਪ੍ਰਾਈਵੇਟ ਨਹੀਂ ਹੋਣੀ ਚਾਹੀਦੀ, ਤੁਹਾਡੀ ਪਾਰਟੀ ਦਾ ਕੀ ਮੰਨਣਾ ਹੈਗਾ, ਔਰ ਅਗਰ ਤੁਸੀਂ ਆਪਦੇ ਨਜ਼ਰੀਏ ਬਾਰੇ ਵੀ ਜ਼ਰੂਰ ਇਹਦੇ 'ਚ ਦੱਸੋ ਜੀ। ਬਿਲਕੁਲ ਜੀ, ਇਹ ਬਿਲਕੁਲ ਪ੍ਰਾਈਵੇਟਾਈਜ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਸਾਰਿਆਂ ਨੂੰ ਪਤਾ ਗਾ ਮੋਸਟਲੀ ਅੰਟਾਰੀਓ ਦੇ ਵਿੱਚ ਪ੍ਰਾਈਵੇਟਾਈਜ਼ਡ ਆ। ਸਮ ਪੀਪਲ ਕੋਲ ਜਿਹੜੀ ਹੈਗੀ ਆ ਵੀ ਪੂਰੀ ਦੀ ਪੂਰੀ ਉਹਨਾਂ ਕੋਲ ਫੁੱਲ ਇੰਸ਼ੋਰੈਂਸ ਵੀ ਨਹੀਂ ਹੁੰਦੀ, ਉਸ ਥਰਡ ਪਾਰਟੀ ਲਾਇਬਿਲਟੀ ਇੰਸ਼ੋਰੈਂਸ ਲੈਣੀ ਪੈਂਦੀ ਆ। ਜੇ ਤੁਸੀਂ ਪ੍ਰਾਈਵੇਟਾਈਜ਼ ਕਰ ਦਿੰਦੇ ਹੋ ਜੀ, ਇਹਦੇ ਨਾਲ ਬਹੁਤ ਵੱਡੇ ਲੋਕਾਂ 'ਤੇ ਬੋਝ ਪਊਗਾ, ਇਹਦੇ ਨਾਲ ਹੋਰ ਕਾਸਟ ਵਧੂਗੀ ਲੋਕਾਂ ਦੀ, ਜਿਹੜਾ ਇੱਥੇ ਰਹਿਣਾ ਜਾਂਦੀ, ਜਿਹੜਾ ਆਪਾਂ ਕਹਿੰਦੇ ਨਾ ਵੀ ਅਫੋਰਡੇਬਿਲਟੀ ਦਾ ਜਿਹੜਾ ਹੈਗਾ ਮੈਨੀਟੋਬਾ ਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਆਪਾਂ ਸਭ ਤੋਂ ਸਸਤੇ ਥਾਂ 'ਤੇ ਰਹਿੰਦੇ ਹਾਂ ਕਹਿੰਦੇ ਹਾਂ, ਉਹਦੇ ਹਿਸਾਬ ਨਾਲ ਇਹਦੇ 'ਤੇ ਬਹੁਤ ਲੋਕਾਂ 'ਤੇ ਐਕਸਟਰਾ ਬੋਝ ਪਊਗਾ ਇਹਦੇ ਹਿਸਾਬ ਨਾਲ। ਠੀਕ ਹੈ, ਇਹਦਾ ਜਿਵੇਂ ਹੁਣ ਟੈਕਸੀ ਇੰਡਸਟਰੀ ਦੇ ਹਿਸਾਬ ਨਾਲ ਹੀ ਮੈਂ ਤੁਹਾਨੂੰ ਦੱਸ ਦਿੰਦਾ ਜੀ, ਉਹਦੇ ਜਿਹੜੇ ਹੈਗੇ ਹੁਣ $10,700 ਦੇ ਨੇੜੇ ਤੇੜੇ ਇੰਸ਼ੋਰੈਂਸ ਪੇ ਕਰਦੇ ਜੀ। ਠੀਕ ਹੈ ਜੀ, ਜੇ ਹੁਣ ਇਹਨੂੰ ਪ੍ਰਾਈਵੇਟਾਈਜ਼ ਕਰ ਦਿੰਦਾ ਜਾਂਦਾ ਜੀ, ਤਾਂ ਸ਼ਾਇਦ ਇਹ ਵੀ $18,000-$19,000 ਡਾਲਰ 'ਤੇ ਵੀ ਹੋ ਸਕਦੇ ਆ। ਠੀਕ ਹੈ ਜੀ, ਕਿਉਂਕਿ ਉਹ ਡਿਪੈਂਡ ਕਰਦਾ ਵੀ ਜਿਹੜਾ ਪ੍ਰਾਈਵੇਟਾਈਜ਼ ਜਿਹੜਾ ਹੈਗਾ ਵੀ ਉਹ ਕੀ ਸੋਚਦਾ, ਜਿਹੜਾ ਜਿਹਨੇ ਇੰਸ਼ੋਰੈਂਸ ਕਰਨੀ ਆ ਵੀ ਇੰਡਸਟਰੀ ਬਾਰੇ ਕੀ ਸੋਚਦਾ। ਪਰ ਜਿਹੜੇ ਹਿਸਾਬ ਨਾਲ ਗੌਰਮੈਂਟ ਚੱਲ ਰਹੀ ਹੈ ਜੀ, ਜਿਵੇਂ ਤੁਹਾਨੂੰ ਪਤਾ ਹੀ ਹੋਣਾ ਹੈਗਾ, ਥੋੜ੍ਹੇ ਟਾਈਮ ਪਹਿਲਾਂ ਕਰਾਊਨ ਕਾਰਪੋਰੇਸ਼ਨਸ ਦੀ ਜਿਹੜੀ, ਬਿਲਕੁਲ ਜੀ, ਉਸ 'ਤੇ ਵੀ ਆਪਾਂ ਚਾਹੁੰਦੇ ਹਾਂ ਗੱਲਬਾਤ ਜ਼ਰੂਰ ਕਰਦੇ ਜਾਵੇ।
ਕਰਾਊਨ ਕਾਰਪੋਰੇਸ਼ਨ ਦੀ ਜਿਹੜੀ ਸੀਗੀ ਆਪਣੀ ਵੇਜਸ ਮਿਨਿਸਟਰ ਸੀਗੀ ਜਿਹੜੀ ਉਹਨੇ ਨਾ ਫੰਡਰੇਜਰ ਕੀਤੀ ਸੀਗੀ ਠੀਕ ਹੈ ਜੀ ਜਿਹੜਾ ਕਿ ਫੰਡਰੇਜਰ ਕਰਨ ਦੀ ਬਜਾਏ ਉੱਥੇ ਜਿਹੜੇ ਬ੍ਰੋਕਰ ਸੀਗੇ ਇੰਸ਼ੋਰੈਂਸ ਬ੍ਰੋਕਰ ਸੀਗੇ ਜਿਹੜੇ ਉਹਨਾਂ ਨੇ ਉਹ ਸਾਰੀ ਫੰਡਰੇਜਰ ਦਾ ਸ਼ੁਰੂ ਕੀਤਾ ਸੀ ਕੰਮ ਤੇ ਤਿੰਨ ਚਾਰ ਦਿਨਾਂ ਬਾਅਦ ਹੀ ਇੱਕ $87 million ਦਾ ਪੈਕੇਜ ਦਿੱਤਾ ਗਿਆ ਜੀ ਉਹਨਾਂ ਨੂੰ ਠੀਕ ਹੈ ਜੀ ਜਿਹੜਾ ਉਹ ਬੋਝ ਆ ਉਹੀ ਇੰਸ਼ੋਰੈਂਸ ਦੇ ਹਿਸਾਬ ਨਾਲ ਇੰਸ਼ੋਰੈਂਸ ਵਾਲੇ ਜਿਹੜੇ ਆਪਣੇ ਜਿਹੜੇ ਆਮ ਰੇਟ ਪੇਅਰਸ ਆ ਉਹਨਾਂ ਦੇ ਉਹ ਪਿਆ ਜੀ ਆਪਣੇ 'ਤੇ ਬੋਝ ਹੋਰ ਕਿਸੇ 'ਤੇ ਨਹੀਂ ਇਸ ਕਰਕੇ ਜਦੋਂ ਪ੍ਰਾਈਵੇਟਾਈਜ਼ ਕਰਦੇ ਆ ਜਾਂ ਕੁਛ ਕਰਦੇ ਆ ਕਿਉਂਕਿ ਬ੍ਰਾਇਨ ਪਾਸਟਰ ਸਾਹਿਬ ਦੀ ਆਪਦੀ ਬ੍ਰੋਕਰੇਜ ਹੈਗੀ ਹੈ ਜਿਹਦੇ ਵਿੱਚ ਇੰਸ਼ੋਰੈਂਸ ਬ੍ਰੋਕਰੇਜ ਹੈਗੀ ਆ ਓਕੇ ਜੀ ਅਤੇ ਉਹ ਸਾਰੇ ਦੇ ਸਾਰੇ ਉਹ ਫੈਕਟ ਆਪਣੇ ਇੰਡਸਟਰੀ ਦੇ ਉੱਤੇ ਜਿੰਨੀਆਂ ਵੀ ਹੈਗੀਆਂ ਪ੍ਰਾਈਵੇਟ ਜਿਹਨੇ ਇੰਸ਼ੋਰੈਂਸ ਕਰਾਉਣੀ ਆ ਜਿਹਨੇ ਟੈਕਸੀ ਦੀ ਇੰਸ਼ੋਰੈਂਸ ਕਰਾਉਣੀ ਜਿਹਨੇ ਟਰੱਕਿੰਗ ਦੀ ਇੰਸ਼ੋਰੈਂਸ ਕਰਾਉਣੀ ਆ ਉਹ ਸਾਰੇ ਦਾ ਸਾਰਾ ਬੋਝ ਜੀ ਆਪਣੇ 'ਤੇ ਵਧੂਗਾ ਬੋਝ ਨਾ ਕਿ ਘਟੂਗਾ ਤੇ ਜੇਕਰ NDP ਸੱਤਾ 'ਚ ਆਉਂਦੀ ਹੈਗੀ ਹੈ ਜੀ ਸੰਧੂ ਸਾਹਿਬ ਫਿਰ ਕੀ ਪੋਲਿਸੀ ਹੈਗੀ ਜੀ NDP ਦੀ ਕੀ ਤੁਸੀਂ ਇਸ ਚੀਜ਼ ਦੇ ਵਿਰੋਧ ਕਰੋਗੇ ਜੀ ਇਨ ਕੇਸ ਆਪਾਂ ਮੰਨ ਲੈਂਦੇ ਜੇ NDP ਵੀ ਕਹਿੰਦੀ ਹੈ ਕਿ ਆਪਾਂ ਇਹਨੂੰ ਪ੍ਰਾਈਵੇਟਾਈਜ਼ ਕਰਨਾ ਤੁਸੀਂ NDP ਦੇ ਇੱਕ ਕੈਂਡੀਡੇਟ ਹੋਣ ਦੇ ਨਾਤੇ ਕੀ ਤੁਸੀਂ ਪਾਰਟੀ ਨੂੰ ਫੋਲੋ ਕਰੋਗੇ ਭਾਅ ਜੀ ਕਿ ਤੁਸੀਂ ਆਪ ਇਸ ਚੀਜ਼ ਬਾਰੇ ਤੁਹਾਡਾ ਆਪਦਾ ਪਰਸਨਲ ਨਜ਼ਰੀਆ ਤੁਸੀਂ ਸਾਡੇ ਸਾਹਮਣੇ ਪੱਖ ਰੱਖਿਆ ਦੇਖੋ ਇਹ 'ਚ ਨਾ ਇਹ ਸਾਡੀ ਪਾਲਿਸੀ ਸਾਡੀ ਪਾਰਟੀ ਦੀ ਪਾਲਿਸੀ ਆ ਵੀ ਇਹ ਪਬਲਿਕ ਹੀ ਰਹੂਗੀ ਠੀਕ ਹੈ ਜੀ ਇਹਨੂੰ ਪ੍ਰਾਈਵੇਟਾਈਜ਼ ਨਹੀਂ ਕੀਤਾ ਜਾਊਗਾ ਵੀ ਕਿਸੇ ਹਾਲਤ ਦੇ ਵਿੱਚ ਵੀ ਨਹੀਂ ਕੀਤਾ ਇਹੀ ਨਹੀਂ ਗੱਲ ਮੈਨੀਟੋਬਾ ਹਾਈਡਰੋ ਬਾਰੇ ਵੀ ਜਾਂ ਹੈਲਥ ਕੇਅਰ ਪ੍ਰੀਮੀਅਮ ਬਾਰੇ ਵੀ ਇਹ ਸਾਡੇ ਅਸੀਂ ਕੋਈ ਵੀ ਚੀਜ਼ ਜਿਵੇਂ ਪਹਿਲਾਂ ਹੈਗੀਆਂ ਉਵੇਂ ਹੀ ਰਹਿਣਗੀਆਂ ਜੀ ਕੋਈ ਐਕਸਟਰਾ ਹੈਲਥ ਕੇਅਰ ਪ੍ਰੀਮੀਅਮ ਨਹੀਂ ਲਾਈ ਜਾਊਗੀ ਪ੍ਰਾਈਵੇਟਾਈਜ਼ ਨਹੀਂ ਕੀਤੀ ਜਾਊਗੀ ਜੀ ਜਿਹੜੀ ਹਾਈਡਰੋ ਨਹੀਂ ਕੀਤਾ ਜਾਊਗਾ ਪ੍ਰਾਈਵੇਟਾਈਜ਼ ਇੰਸ਼ੋਰੈਂਸ ਨਹੀਂ ਕੀਤੀ ਜਾਊਗੀ ਪਰ ਹਾਈਡਰੋ ਦੀ ਗੱਲ ਕਰੀਏ ਮਿੰਟੂ ਸਾਹਿਬ ਆਪਾਂ ਨੂੰ ਵੀ ਪਤਾ ਆਪਣੇ ਘਰਾਂ 'ਚ ਜਦੋਂ ਬਿੱਲ ਆਉਂਦੇ ਆ ਜੀ ਉਹਦੇ 'ਚ ਵਾਧਾ ਹੋਇਆ ਵੀ ਹੈਗਾ ਹੈ ਨਾ ਸੋ ਉਹ ਜਿਹੜੀ ਚੀਜ਼ ਆ ਜੀ ਉਹਦੇ ਉੱਤੇ ਵੀ ਆਪਾਂ ਗੱਲ ਕਰੀਏ ਤਾਂ ਕਿਉਂਕਿ ਇੱਕ ਆਮ ਇਨਸਾਨ ਜਿਹੜਾ ਹੈਗਾ ਜੀ ਉਹਦੀ ਜਿਹੜੀ ਇੱਕ ਪੇ ਚੈੱਕ ਹੈਗਾ ਉਹਦੇ 'ਚੋਂ ਕਿੰਨੇ ਸਾਰੇ ਤਾਂ ਜਿਹੜਾ ਹੈਗਾ ਜੀ ਉਹ ਐਸੇ ਐਸੇ ਖਰਚਿਆਂ ਦੇ ਵਿੱਚ ਨਿਕਲ ਜਾਂਦੇ ਹੈਗੇ ਨੇ ਸੋ ਹਾਈਡਰੋ ਦੇ ਉੱਤੇ ਕੀ ਜਿਹੜਾ ਹੈਗਾ ਜੀ ਪੋਲਿਸੀ ਰਹੂਗੀ ਮੈਂ ਜਿਹੜੀ ਆਪਾਂ ਗੱਲ ਕਰੀਏ ਇਨਕਰੀਜ਼ ਜਿਹੜੀ ਹੈਗੀ ਹੈ ਜੀ ਇਹਦੇ ਬਿੱਲਸ ਦੀ ਪਹਿਲਾਂ ਤਾਂ ਜੀ ਮੈਂ ਇੰਸ਼ੋਰੈਂਸ 'ਤੇ ਹੀ ਦੱਸ ਦਿੰਦਾ 8% ਪਿਛਲੇ 3 ਸਾਲਾਂ ਦੇ ਵਿੱਚ ਵਧੀ ਆ ਜੀ ਅਤੇ ਮੈਨੂੰ ਲੱਗਦਾ ਜਿਹੜੀ ਹਾਈਡਰੋ ਆ ਵੀ ਉਹ ਵੀ ਅਪਰੋਕਸੀਮੇਟਲੀ ਇਦੋਂ ਵੱਧ ਵਧੀ ਆ ਇਦੋਂ ਘੱਟ ਘੱਟ ਨਹੀਂ ਹੈਗੀ ਜੀ ਇਹ ਤੁਸੀਂ ਦੇਖਿਆ ਹੋਣਾ ਮੈਂ ਅੰਟਾਰੀਓ ਦੇ ਵਿੱਚ ਇਹਨਾਂ ਨੇ ਹਾਈਡਰੋ 1 ਨੂੰ ਜੀ ਪ੍ਰਾਈਵੇਟਾਈਜ਼ ਕੀਤਾ ਸੀਗਾ ਅਤੇ ਉੱਥੇ ਲੋਕਾਂ ਦੇ ਬਿੱਲ ਸੀ ਜਿਹੜੇ ਜਿਹੜੀ ਆਮ ਲੋਕਾਂ ਦੇ ਜੀ ਪਬਲਿਕ ਦੇ ਬਿੱਲ ਸੀਗੇ ਜਿਹੜੇ ਉਹ $4,000-$5,500 ਆ ਰਹੇ ਸੀ ਜਿਹੜੇ ਹਿਸਾਬ ਨਾਲ ਜੇ ਆਪਾਂ ਮੈਨੀਟੋਬਾ ਦੇ ਪੇ ਦੇ ਹਿਸਾਬ ਨਾਲ ਜਿਹੜਾ ਜਿਹੜੇ ਹਿਸਾਬ ਨਾਲ ਆਪਾਂ ਅਰਨ ਕਰਦੇ ਹਾਂ ਜੀ ਆਪਾਂ ਨੂੰ $4-$500 ਦਾ ਬਿੱਲ ਆ ਜਾਂਦਾ ਜੀ ਆਪਣਾ ਤਾਂ 2 ਵੀਕਾਂ ਦੀ ਪੇ ਤਾਂ ਸਾਰੀ ਉਹਦੇ ਵਿੱਚ ਹੀ ਉਹਦੇ 'ਚ ਚੱਲ ਜਾਂਦੀ ਹੈ ਜੀ ਬਿਲਕੁਲ ਅਤੇ ਇਸ ਕਰਕੇ ਸਾਡੀ ਜਿਹੜੀ ਪਾਰਟੀ ਦਾ ਡਿਸੀਜ਼ਨ ਆ ਜਾਂ ਜਿਹੜੀ ਪਾਰਟੀ ਦੀ ਪਾਲਿਸੀ ਆ ਵੀ ਸਾਡਾ ਅਸੀਂ ਇਹਨੂੰ ਪਬਲਿਕ ਹੀ ਰੱਖਾਂਗੇ ਇਹਨੂੰ ਪ੍ਰਾਈਵੇਟਾਈਜ਼ ਨਹੀਂ ਕੀਤਾ ਜਾਊਗਾ ਠੀਕ ਹੈ ਜੀ ਸੰਧੂ ਸਾਹਿਬ ਹੁਣ ਅਗਲੀ ਗੱਲ ਕਰਦੀ ਹਾਂ ਜੀ ਜਿਹੜੀ ਆਮ ਤੌਰ 'ਤੇ ਇਹ ਮੇਪਲ ਦੇ ਵਿੱਚ ਤੁਸੀਂ ਕਿਹਾ ਵੀ ਡੋਰ ਟੂ ਡੋਰ ਤੁਸੀਂ ਨੌਕ ਕਰਨ ਜਾਂਦੇ ਹੈਗੇ ਹੋ ਕੀ ਇੱਕ ਸਮੱਸਿਆਵਾਂ ਜਿਹੜੀਆਂ ਨੇ ਜੀ ਲੋਕ ਤੁਹਾਡੇ ਦਰਪੇਸ਼ ਕਰਦੇ ਹੈਗੇ ਨੇ ਕਿਹੜੀਆਂ ਐਸੀਆਂ ਪ੍ਰੋਬਲਮਸ ਤੁਹਾਡੇ ਨਾਲ ਉਹਨਾਂ ਨੇ ਜਿਹੜਾ ਹੈਗਾ ਜੀ ਗੱਲਬਾਤ ਕੀਤੀ ਤੁਸੀਂ ਅਗਰ ਗੱਲ ਕਰਨਾ ਚਾਹੋ ਤਾਂ ਬਿਲਕੁਲ ਜੀ ਡਰੱਗ ਦੀ ਇੱਕ ਬਹੁਤ ਵੱਡੀ ਸਮੱਸਿਆ ਇਹ ਡਰੱਗ ਜਿਹੜੀ ਜਿਵੇਂ ਤੁਸੀਂ ਸਕੂਲਾਂ 'ਚ ਵੀ ਦੇਖਿਆ ਹੋਣਾ ਮੇਪਲ ਕਲੀਜੇਟ ਆਪਣੇ ਵਿੱਚ ਆਉਂਦਾ ਜੀ ਮੈਂ ਮੇਪਲ ਕਲੀਜੇਟ ਦੇ ਵਿੱਚੋਂ ਪੜ੍ਹਿਆ ਹੋਇਆ ਗਾ ਜੀ ਉੱਥੇ ਗਿਆ ਹੈਗਾ ਅਤੇ ਸਾਡੇ ਟਾਈਮ 'ਤੇ ਕੋਈ ਇਹੋ ਜਿਹੀ ਹੈ ਨਹੀਂ ਸੀਗੀ ਜੀ ਵੈਸੇ ਹੁਣ ਜਿਹੜਾ ਲੇਟਲੀ ਜਿਹੜਾ ਬਹੁਤ ਜ਼ਿਆਦਾ ਇਹ ਸਮੱਸਿਆ ਵਧੀ ਹੋਈ ਆ ਅਤੇ ਇਹਦੇ ਲਈ ਆਪਾਂ ਨੂੰ ਕੋਈ ਨਾ ਕੋਈ ਪੋਲਿਸੀ ਜਾਂ ਜਿਵੇਂ ਸਾਡੇ ਅਸੀਂ ਸਾਡੇ ਲੀਡਰ ਸਾਹਿਬ ਨੇ ਇੱਕ ਮੈਥ ਕ੍ਰਾਈਸਿਸ ਦੇ ਬਾਰੇ ਕੀਤਾ ਸੀਗਾ ਜੀ ਇੱਕ ਨਿਊਜ਼ ਕਾਨਫਰੰਸ ਹੋਈ ਸੀਗੀ ਪਿਛਲੇ 2 ਹਫ਼ਤੇ ਪਹਿਲਾਂ ਅਤੇ ਉਸ 'ਤੇ ਇਹ ਜੀ ਜਿਹੜਾ ਕਈ ਚੀਜ਼ਾਂ ਇਹਦੇ 'ਚ ਇਕੱਠੀਆਂ ਹੋ ਜਾਂਦੀਆਂ ਨੇ ਜਿਵੇਂ ਵੇਪਿੰਗ ਵਾਲਾ ਜਾਂਦਾ ਜੀ ਵਿੱਚ ਉਹ ਵੀ ਇੱਕ ਬਹੁਤ ਵੱਡਾ ਇਸ਼ੂ ਆ ਮੈਥ ਕ੍ਰਾਈਸਿਸ ਹੋ ਗਈ ਜੀ ਸਾਰੇ ਤਰ੍ਹਾਂ ਦੀ ਡਰੱਗ ਆ ਜੀ ਜਿਵੇਂ ਮੈਰੋਵਾਨਾ ਹੋ ਗਿਆ ਪਰ ਉਹਦੇ ਮਗਰ ਤੁਸੀਂ ਕਾਰਨ ਕਿਹਨੂੰ ਮੰਨਦੇ ਹੋ ਜੀ ਤੁਸੀਂ ਕੀ ਕਾਰਨ ਮੰਨਦੇ ਹੋ ਕਿਉਂਕਿ ਯੂਥ ਆ ਜੀ ਉਹ ਯੂਥ ਇੱਕ ਐਸੀ ਉਮਰ ਹੁੰਦੀ ਆ ਜਦੋਂ ਸਮਝ ਸ਼ਕਤੀ ਇੰਨੀ ਨਹੀਂ ਹੁੰਦੀ ਸੋਚਣ ਸ਼ਕਤੀ ਨਹੀਂ ਹੁੰਦੀ ਬਟ ਉਹ ਉਮਰ ਦਾ ਇੱਕ ਐਸਾ ਹੈ ਨਾ ਦੌਰ ਹੁੰਦਾ ਜਦੋਂ ਇਹ ਲੱਗਦਾ ਕਿ ਸ਼ਾਇਦ ਮੈਂ ਜੋ ਕਰ ਰਿਹਾ ਸਹੀ ਆ ਸੋ ਕਿਹਨੂੰ ਉੱਥੇ ਤੁਸੀਂ ਦੋਸ਼ ਦਿੰਦੇ ਹੋ ਕਿਉਂਕਿ ਮੇਪਲ ਦੇ ਵਿੱਚ ਕਿਤੇ ਆਪਣਾ ਭਾਈਚਾਰਾ ਬਹੁਤ ਜ਼ਿਆਦਾ ਹੈਗਾ ਇਹ ਇੱਕ ਕਾਰਨ ਤਾਂ ਨਹੀਂ ਹੈਗਾ ਉਹਦੇ ਨਹੀਂ ਜੀ ਇਹ ਕੋਈ ਵੱਡੀ ਆਪਣਾ ਭਾਈਚਾਰਾ ਕਰਕੇ ਨਹੀਂ ਹੈਗਾ ਇਸ਼ੂ ਜਿਹੜਾ ਮੇਨ ਮੈਂ ਮੰਨਦਾ ਜੀ ਜਿਹੜਾ ਪਹਿਲਾਂ ਆਪਣਾ ਜਵਾਕਾਂ ਨੂੰ ਟਾਈਮ ਨਹੀਂ ਦੇ ਸਕਦੇ ਆਪਾਂ ਪਹਿਲੇ ਨੰਬਰ 'ਤੇ ਤਾਂ ਨੰਬਰ 2 'ਤੇ ਜਿਹੜਾ ਆਫਟਰ ਸਕੂਲ ਕੋਈ ਪ੍ਰੋਗਰਾਮ ਨਹੀਂ ਹੈਗਾ ਜੀ ਜਿਵੇਂ ਹੁਣ ਸਾਰੇ ਸਕੂਲਾਂ ਦੇ ਵਿੱਚ ਜਿਮਸ ਹੈਗੀਆਂ ਨੇ ਕਿਉਂ ਨਾ ਉਹਨਾਂ ਨੂੰ ਆਫਟਰ ਸਕੂਲ ਕੋਈ ਆਫਟਰ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਜਿਹੜਾ ਕਿ ਜਵਾਕ TV 'ਤੇ ਬੈਠਣ ਦੀ ਬਜਾਏ ਜਾਂ ਫੋਨ 'ਤੇ ਜਾਂ ਟੈਬਲੇਟ 'ਤੇ ਬੈਠਣ ਦੀ ਬਜਾਏ ਬਾਹਰ ਜਾਵੇ ਖੇਡੇ ਜਿਹੜਾ ਕਿ ਖੇਡਾਂ ਕੰਨੀ ਧਿਆਨ ਜਾਵੇ ਨਾ ਕਿ ਉਹਦਾ ਕੋਈ ਪੁੱਠੇ ਕੰਨਾ ਕੰਨਾ ਕੰਮਾਂ ਕੰਨੀ ਜਿਵੇਂ ਖਾਣ ਪੀਣ 'ਚ ਜਿਹੜਾ ਡਰੱਗ ਦਾ ਹੋ ਗਿਆ
ਤੇ ਜਿਹੜਾ ਇੱਕ ਥੋੜਾ ਬਹੁਤਾ ਪੁਲਿਸ ਨੂੰ ਵੀ ਚਾਹੀਦਾ ਹੈਗਾ ਜੀ, ਜਿਵੇਂ ਹੁਣ ਆਪਣੇ ਐਂਬਰ ਟ੍ਰੇਲ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਈਮ ਵਧਿਆ ਹੋਇਆ ਹੈਗਾ, ਤੁਸੀਂ ਦੇਖਿਆ ਹੋਣਾ ਹੈਗਾ ਪਿਛਲੇ ਦੋ ਹਫ਼ਤੇ ਪਹਿਲਾਂ ਮੇਰੇ ਵਾਲੀ ਸਟਰੀਟ 'ਤੇ ਹੀ 7-8 ਕਾਰਾਂ ਦੇ ਉਹਨਾਂ ਦੇ ਹਾਂਜੀ, ਅਤੇ ਉਹ ਚੀਜ਼ਾਂ ਨੂੰ ਇਹ ਇੱਕ ਮੈਥ ਕ੍ਰਾਈਸਿਸ ਕਰਕੇ ਜਾਂ ਹੋਰ ਡਰੱਗਸ ਦੇ ਕਰਕੇ ਹੀ ਆ ਜੀ ਜਿਹੜੀਆਂ ਹੈਗੀਆਂ ਨੇ, ਪਰ ਇਹਦੇ ਲਈ ਉਹੀ ਹੈ ਜਿਵੇਂ ਬਾਪਨੂਰ ਸਾਹਿਬ ਨੇ ਕਿਹਾ ਹੈਗਾ ਵੀ ਇਹਨੂੰ ਅਸੀਂ ਕੰਟਰੋਲ ਕਰਨ ਲਈ ਸਾਨੂੰ ਇੱਕ ਇਹ ਹੈਲਥ ਕ੍ਰਾਈਸਿਸ ਕਹਿ ਸਕਦੇ ਹਾਂ ਜਿਹੜੀ ਹੈਗੀ ਜੀ, ਅਤੇ ਇਹਨੂੰ ਅਸੀਂ ਕਰਾਂਗੇ ਜੀ ਕੰਟਰੋਲ ਦੇ ਵਿੱਚ, ਅਤੇ ਪੁਲਿਸ ਨੂੰ ਮੋਰ ਪੈਸੇ ਦਿੱਤੇ ਜਾਣਗੇ, ਰਿਸੋਰਸ ਦਿੱਤੇ ਜਾਣਗੇ ਵੀ ਅਤੇ ਉਹ ਫਾਈਟ ਕਰ ਸਕਣ, ਅਤੇ ਸਾਡੇ ਹੈਗਾ ਵੀ ਪਲਾਨ ਵੀ ਅਸੀਂ ਇਹਦੇ ਕੰਮ। ਅਤੇ ਇਸ ਤੋਂ ਇਲਾਵਾ ਹੋਰ ਕਿਹੜੀਆਂ ਸਮੱਸਿਆਵਾਂ ਨੇ ਸੰਧੂ ਸਾਹਿਬ, ਜਿਹੜੀਆਂ ਤੁਸੀਂ ਡੋਰ ਨੋਕਿੰਗ 'ਤੇ ਜੋ ਜਾਂਦੇ, ਕੋਈ ਹੋਰ ਗੱਲ ਕਰਨ ਦੀ ਜਿਹੜੇ ਸੀਨੀਅਰ ਸਿਟੀਜ਼ਨਸ ਹੈਗੇ ਆ ਉਹਨਾਂ ਵਾਲੀਓ ਕੋਈ ਐਸੀ ਚੀਜ਼ ਜਿਹੜੀ ਉਹਨਾਂ ਨੇ ਤੁਹਾਡੇ ਸਾਹਮਣੇ ਗੱਲਬਾਤ ਕੀਤੀ ਹੋਵੇ? ਸੀਨੀਅਰ ਸਿਟੀਜ਼ਨ ਦਾ ਜੀ ਇੱਕ ਬਹੁਤ ਵੱਡਾ ਇਸ਼ੂ ਆ, ਵੈਸੇ NDP ਗੌਰਮੈਂਟ ਨੇ ਪਹਿਲਾਂ ਇਸ 'ਤੇ ਪਹਿਲਾਂ ਗੱਲ ਵੀ ਕੀਤੀ ਸੀਗੀ, ਜਿਵੇਂ ਸੀਗਾ ਜੀ ਪਹਿਲਾਂ ਜਦੋਂ ਆਪਾਂ ਪ੍ਰਾਪਰਟੀ ਟੈਕਸ ਪੇ ਕਰਦੇ ਹਾਂ ਜੀ, ਉਹਦੇ ਵਿੱਚ ਇੱਕ ਪਾਰਟ ਹੁੰਦਾ ਹੈਗਾ ਜਿਹੜਾ ਐਜੂਕੇਸ਼ਨ ਦਾ ਹੁੰਦਾ ਹੈਗਾ ਜੀ, ਉਹ ਐਜੂਕੇਸ਼ਨ 'ਤੇ ਸੀਨੀਅਰਸ ਨੂੰ ਸੋਟ ਚਾਹੀਦੀ ਹੈ ਸਪੈਸ਼ਲੀ, ਪਹਿਲਾਂ ਸੋਟ ਦਿੱਤੀ ਗਈ ਸੀਗੀ ਜੀ ਪਰ PC ਗਵਰਨਮੈਂਟ ਨੇ ਆ ਕੇ ਉਹ ਵਾਪਸ ਲੈ ਲਈ ਸੀਗੀ। ਠੀਕ ਹੈ ਜੀ। ਉਹ ਮਤਲਬ ਪਹਿਲਾਂ $400 ਤੋਂ ਸ਼ੁਰੂ ਕੀਤੀ ਗਈ ਸੀ ਅਤੇ ਉਹ ਵਧਾ ਕੇ $800 ਹੋਈ ਸੀ, ਹੁਣ ਜਦੋਂ ਬੰਦ ਹੋਈ ਆ ਉਦੋਂ ਮੈਨੂੰ ਪਤਾ ਨਹੀਂ, ਕੋਈ ਆਈਡੀਆ ਨਹੀਂ ਹੈਗਾ ਜੀ ਕਿੰਨੀ ਸੀਗੀ, ਅਤੇ ਉਹ ਸੋਟ ਜਾਂਦੀ। ਇਹ ਬਿਗ ਇਸ਼ੂ ਆ ਉਹਨਾਂ ਦਾ ਜਿਹੜੇ ਸੀਨੀਅਰਸ ਦਾ, ਜਿਹੜੇ ਕਹਿੰਦੇ ਵੀ ਸਾਨੂੰ ਭਾਈ ਵੀ ਅਸੀਂ 2200 ਰੁਪਏ ਦਾ ਆਪਣਾ ਕੋਈ ਟਾਈਨੀ ਪਾਰਟੀ ਜਿਹੜਾ ਡਿਵੈਲਪ ਹੋਇਆ ਹੈਗਾ ਜਿਹੜਾ ਉਹ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਡਿਵੈਲਪ ਹੋਇਆ ਹੈਗਾ। ਤੇ ਜੇ ਸਪੋਰਟਸ ਬਾਰੇ ਗੱਲ ਕਰੀਏ ਜੀ, ਉੱਥੇ ਕੋਈ ਵਧੀਆ ਹੈ ਨਾ, ਜੇ ਆਪਾਂ ਕਹੀਏ ਕਿ ਕੈਸਾ ਕੋਈ ਪਲੇਗਰਾਊਂਡ ਹੋਵੇ ਜਾਂ ਕੋਈ ਵੀ ਐਸ ਸੱਚ ਹੋਵੇ ਜਿੱਥੇ ਬੱਚੇ ਜਿਹੜੇ, ਕਿਉਂਕਿ ਤੁਸੀਂ ਹੁਣ ਗੱਲ ਕੀਤੀ ਹੈਗੀ ਤਾਂ ਮੈਂ ਉੱਥੇ ਚਾਹੁੰਦੀ ਵੀ ਯੂਥ ਨੂੰ ਕਨੈਕਟ ਕਰਨ ਦੇ ਲਈ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਇੱਕ ਐਸੇ ਪਲੇਗਰਾਊਂਡਸ ਹੋਣੇ ਚਾਹੀਦੇ ਨੇ ਜਾਂ ਇੱਕ ਐਸੇ ਜਿਮਸ ਹੋਣੇ ਚਾਹੀਦੇ ਨੇ ਵਧੀਆ, ਜਿਹੜੇ ਕਿ ਆਪਾਂ ਜਿੱਥੇ ਕਹੀਏ ਵੀ ਬੱਚਾ ਜਦੋਂ ਜਾਵੇ ਉਹ ਪੂਰਾ ਉੱਥੇ ਉਹਨੂੰ ਉਹੋ ਜਿਹਾ ਇੱਕ ਸਿਸਟਮ ਮਿਲਣਾ ਚਾਹੀਦਾ ਜੀ, ਉਹਦੇ ਬਾਰੇ ਕੀ ਕਹੋਗੇ? ਕਿਉਂਕਿ ਕਈ ਚੀਜ਼ਾਂ ਤੋਂ ਮੇਰੇ ਖਿਆਲ ਹਜੇ ਵੀ ਮੇਪਲਸ ਜਿਹੜਾ ਹੈਗਾ ਜੀ ਉਹ ਉੱਥੇ ਐਸੀਆਂ ਚੀਜ਼ਾਂ ਨਹੀਂ ਹੈਗੀਆਂ। ਨਹੀਂ ਬਿਲਕੁਲ ਜੀ, ਕੰਪੇਅਰ ਆਪਾਂ ਜਿਵੇਂ ਚਲੋ ਕਹਿ ਹੀ ਦਿੰਦੇ ਸਾਊਥ ਸਾਈਡ ਨੂੰ ਕੰਪੇਅਰ ਕਰਦੇ ਹਾਂ ਜੀ ਆਪਾਂ, ਪਾਸੇ ਬਿਲਕੁਲ ਵੀ ਸਾਊਥ ਸਾਈਡ ਦੇ ਵਿੱਚ ਜਿਹੜੀ ਫੈਸਿਲਿਟੀਜ਼ ਆ ਉਹ ਨੌਰਥ ਨਾਲੋਂ ਆਪਣੇ ਨਾਲੋਂ ਘੱਟ ਆ, ਮੇਪਲਸ ਨਾਲੋਂ ਘੱਟ ਨੇ ਉੱਥੇ ਜੀ। ਇੱਕ ਤਾਂ ਆਉਂਦਾ ਜਦੋਂ ਡਿਵੈਲਪਰ ਨੇ ਕੋਈ ਥਾਂ ਨੂੰ ਡਿਵੈਲਪ ਕਰਨਾ ਜੀ, ਉਹਦੇ 'ਤੇ ਕੰਡੀਸ਼ਨਸ ਹੁੰਦੀਆਂ ਨੇ, ਅਤੇ ਜਿਹੜੀ ਕਿ ਆਪਾਂ ਨੂੰ ਆਪਣੇ ਕੌਂਸਲਰ ਨਾਲ ਥੋੜ੍ਹਾ ਜਿਹਾ ਹੋਰ ਚੰਗੇ ਤਰੀਕੇ ਨਾਲ ਕੰਮ ਕਰਨਾ ਪੈਣਾ ਹੈਗਾ ਜੀ, ਤਾਂ ਕਿ ਜਿਹੜੀਆਂ ਜਦੋਂ ਉਹ ਪਲਾਨ ਬਣਾਉਂਦੇ ਆ ਕੋਈ ਪ੍ਰਜੈਂਟ ਕਰਦੇ ਆ ਤਾਂ ਵੀ ਆਪਾਂ ਉੱਥੇ ਜਾਈਏ ਵੀ ਹਾਂ ਭਾਈ ਨਹੀਂ ਸਾਨੂੰ ਇਹ ਪਲਾਨ ਚੰਗਾ ਨਹੀਂ ਲੱਗਦਾ ਜਾਂ ਠੀਕ ਨਹੀਂ ਲੱਗਦਾ, ਸਿਟੀ ਦੇ ਤੌਰ 'ਤੇ ਉਹ ਪਾਸ ਨਾ ਹੋਵੇ ਜੀ। ਜਿਹੜਾ ਹੁਣ ਜੀ ਆਪਾਂ ਪਾਸ ਕਰਾ ਦਿੰਦੇ ਹਾਂ ਪਲਾਨ ਪਾਸ ਹੋ ਗਿਆ ਅਤੇ ਨਾ ਤਾਂ ਜੀ ਉੱਥੇ ਸਾਈਡ ਵਾਕ ਆ, ਬਿਲਕੁਲ ਐਂਬਰ ਟ੍ਰੇਲ ਦੇ ਵਿੱਚ ਤਾਂ ਹੀ ਸਾਈਡ ਵਾਕ ਹੀ ਨਹੀਂ ਕਿਸੇ ਦੇ ਘਰੇ ਦੇ ਮੁੰਡੇ ਹੈਗਾ, ਬਿਲਕੁਲ ਤੇ ਜਵਾਕਾਂ ਨੂੰ ਸੜਕ ਤੇ ਆ ਕੇ ਤੁਰਨਾ ਪੈਂਦਾ ਹੈਗਾ, ਫਿਰ ਕਹਿ ਦਿੰਦੇ ਜੀ ਆਪਾਂ ਐਕਸੀਡੈਂਟ ਹੁੰਦੇ ਆ। ਪਰ ਉਹਦੇ 'ਚ ਕਿਤੇ ਨਾ ਕਿਤੇ ਜੀ ਇੱਕ ਆਮ ਇਨਸਾਨ ਵੀ, ਮੈਂ ਗੱਲ ਕਰਾਂ ਸਪੀਡ ਦੀ ਗੱਲ ਕਰਦੇ ਹਾਂ ਭਾਜੀ, ਕਿ ਮੇਪਲਸ ਦੀ ਗੱਲ ਕਰੀਏ ਜਾਂ ਕੋਈ ਵੀ ਐਸੀ ਰਾਈਡਿੰਗ ਹੈ ਨਾ, ਉੱਥੇ ਜਦੋਂ ਰਿਸਟ੍ਰਿਕਸ਼ਨਸ ਜਿਹੜੇ ਨੇ ਜੀ ਉਹ ਇੰਨੇ ਜ਼ਿਆਦਾ ਕੋਈ ਹੈ ਨਹੀਂ ਹੈਗੇ ਹੈ ਨਾ, ਆਪਾਂ ਗੱਲ ਕਰਦੇ ਹਾਂ। ਸੋ ਤੁਸੀਂ ਡਿਵੈਲਪਮੈਂਟ ਦੀ ਗੱਲ ਕੀਤੀ ਹੈ, ਲੇਕਿਨ ਮੈਂ ਤੁਹਾਡਾ, ਮੇਰਾ ਸਵਾਲ ਫਿਰ ਉਹੀ ਹੈ ਤੁਹਾਡੇ ਤੋਂ ਕਿ ਤੁਸੀਂ ਜਿਹੜਾ ਹੈਗਾ ਜੀ ਉਸ ਡਿਵੈਲਪਮੈਂਟ ਦੇ ਵਿੱਚ ਕੀ ਚੀਜ਼ਾਂ ਕਾਊਂਟ ਕਰਦੇ ਹੈਗੇ ਹੋ ਜੇਕਰ ਤੁਸੀਂ ਕੱਲ੍ਹ ਨੂੰ ਆਪਦੀ ਵੋਇਸ ਰੇਜ਼ ਕਰਦੇ ਹੈਗੇ? ਬਿਲਕੁਲ ਜੀ, ਇੱਕ ਤਾਂ ਦੇਖੋ ਆਪਣਾ ਮੇਪਲਸ ਦੇ ਵਿੱਚ ਕਮਿਊਨਿਟੀ ਸੈਂਟਰ ਆ ਜਿਹੜਾ ਕੋਈ ਫੁੱਲੀ ਡਿਵੈਲਪ ਨਹੀਂ ਹੈਗਾ, ਉਹਨੂੰ ਅਪਗ੍ਰੇਡ ਕਰਨ ਨੂੰ ਪਿਛਲੀ ਪ੍ਰੋਵਿੰਸ਼ਲ ਗਵਰਨਮੈਂਟ ਨੇ NDP ਦੇ 8.5 million ਲਈ ਇੱਕ ਗ੍ਰਾਂਟ ਦਾ ਕੀਤਾ ਸੀਗਾ ਕੰਮ, ਪਰ ਕਿਉਂਕਿ ਉਦੋਂ ਗੌਰਮੈਂਟ ਚੇਂਜ ਹੋ ਗਈ ਜੀ ਉਹ ਬਿਲਕੁਲ PC ਗੌਰਮੈਂਟ ਨੇ ਵਾਪਸ ਲੈ ਲਈ। ਠੀਕ ਹੈ ਜੀ। ਅਤੇ ਉਹਨੂੰ ਜੀ ਅਪਗ੍ਰੇਡ ਕਰਨ ਦੀ ਲੋੜ ਆ, ਅਤੇ ਇਹ ਜੇ ਕੋਈ ਹੋਰ ਵੀ ਜਿਵੇਂ ਅੱਜ ਮੈਂ ਗਾਰਡਨ ਸਿਟੀ ਦੇ ਵਿੱਚ ਗਿਆ ਜੀ, ਉੱਥੇ ਫੂਡ ਕੋਰਟ ਦੇ ਵਿੱਚ ਦੇਖਿਆ ਬਹੁਤ ਫਿਲਪੀਨੋ ਲੋਕ ਉੱਥੇ ਬੈਠੇ ਉਹ ਜਾਂਦੀ ਬ੍ਰੇਕਫਾਸਟ ਕਰ ਰਿਹਾ ਜਾਂ ਹੋਰ ਕਰ ਰਿਹਾ, ਪਰ ਉਹੀ ਜੇ ਕੋਈ ਇਹੋ ਜਿਹੀ ਚੀਜ਼ ਹੋਵੇ ਜਿੱਥੇ ਕਿ ਆਪਣੀ ਬੋਥ ਕਮਿਊਨਿਟੀਜ਼ ਜਿਵੇਂ ਪੰਜਾਬੀ ਕਮਿਊਨਿਟੀ ਹੋ ਗਈ ਜਾਂ ਫਿਲਪੀਨੋ ਹੋ ਗਈ ਜਾਂ ਯੂਕਰੇਨੀਅਨ ਹੋ ਗਈ, ਕੋਈ ਕਿਉਂ ਨਹੀਂ ਇਹ ਵੀ ਇਹੋ ਜਿਹੀ ਚੀਜ਼ ਹੋਣੀ ਚਾਹੀਦੀ ਵੀ ਜਿਹਦੇ ਥਾਂ 'ਤੇ ਸਾਰੇ ਜਾਣੇ ਇਕੱਠੇ ਬੈਠ ਕੇ ਆਪਦੀ ਕੁਆਲਿਟੀ ਆਫ ਲਾਈਫ ਜਾਂਦੀ ਆਪਦੇ ਟਾਈਮ ਜਿਹੜਾ ਹੁਣ ਆਪਣਾ ਰਹਿੰਦਾ ਹੈਗਾ ਜਿਹਨਾਂ ਦਾ ਵੀ ਓਲਡ ਪੀਪਲ ਹੀ ਮੋਸਟਲੀ ਹੁੰਦੇ ਆ, ਬਿਲਕੁਲ ਜੀ, ਵੀ ਉਹ ਵਧੀਆ ਸੌਖੇ ਤਰੀਕੇ ਨਾਲ ਪਾਸ ਕਰ ਸਕਣ, ਇੱਕ ਦੂਜੇ ਨਾਲ ਇੰਟਰੈਕਟ ਕਰ ਸਕਣ,
ਉਹਦੇ ਲਈ ਕੋਈ ਨਾ ਕੋਈ ਜਾਂਦੀ ਮੈਂ ਆਪਦੇ ਤੌਰ ਤੇ ਜ਼ਰੂਰ ਕੋਸ਼ਿਸ਼ ਕਰਾਂਗਾ ਤੇ ਜਿਹੜੀ ਇੱਕ ਹੋਰ ਚੀਜ਼ ਆ ਜੀ ਸਭ ਤੋਂ ਵੱਡੀ ਜਿਹੜੀ ਕਮੀ ਹੈਗੀ ਆ ਮੇਪਲ ਦੇ ਵਿੱਚ ਜਾਂ ਨਾਰਥ ਵੈਸਟ ਦੀ ਗੱਲ ਮੈਂ ਕਰਾਂ ਤਾਂ ਕੋਈ ਕਾਲਜ ਕੋਈ ਯੂਨੀਵਰਸਿਟੀ ਜਿਹੜੀ ਆ ਜੀ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਬਾਕੀ ਕਿਉਂਕਿ ਜਦੋਂ ਆਪਾਂ ਕੰਪੇਅਰ ਕਰਦੇ ਹਾਂ ਤਾਂ ਯੂਨੀਵਰਸਿਟੀ ਆਫ ਮੈਨੀਟੋਬਾ ਉਹ ਵੀ ਐਕਸਟ੍ਰੀਮ ਸਾਊਥ ਸਾਈਡ 'ਤੇ ਹੈਗੀ ਆ ਬੱਚਿਆਂ ਨੂੰ ਜਿਹੜਾ ਹੈਗਾ ਜੀ ਇੰਨਾ ਟਰੈਵਲ ਕਰਕੇ ਜਿਹੜਾ ਹੈਗਾ ਇੱਥੇ ਤੱਕ ਪਹੁੰਚਣਾ ਪੈਂਦਾ ਇਹਦੇ ਬਾਰੇ ਕਦੇ ਕੋਈ ਪਲਾਨ ਕਿਉਂਕਿ ਮੈਂ ਸੁਣਿਆ ਹੀ ਨਹੀਂ ਕਦੇ ਕਦੇ ਕਿਸੇ ਦੇ ਕੈਂਡੀਡੇਟ ਨੇ ਗੱਲ ਹੀ ਨਹੀਂ ਕੀਤੀ ਜੀ ਕਿ ਕੋਈ ਯੂਨੀਵਰਸਿਟੀ ਕੋਈ ਕਾਲਜ ਕੋਈ ਕੁਛ ਹੋਣਾ ਚਾਹੀਦਾ ਹੈਗਾ ਇੱਥੇ ਤਾਂ ਕਿ ਜਿਹੜੇ ਸਾਡੇ ਬੱਚੇ ਨੇ ਜੀ ਹਾਈ ਸਕੂਲ ਪਾਸ ਕਰਦੇ ਨੇ ਉਹ ਤਕਰੀਬਨ ਉੱਥੇ ਜਾ ਕੇ ਆਪਦੀ ਜਿਹੜੀ ਹੈਗੀ ਆ ਜੀ ਹਾਈ ਐਜੂਕੇਸ਼ਨ ਨੂੰ ਜਿਹੜਾ ਹੈਗਾ ਉਹ ਪਰਸਿਊ ਕਰ ਸਕਣ ਬਿਲਕੁਲ ਜੀ ਆਪਣੀ ਵੈਸੇ ਤੁਸੀਂ ਦੇਖਿਆ ਹੁਣ ਆਪਾਂ ਐਜ 'ਤੇ ਬੈਠੇ ਹਾਂ ਆਪਾਂ ਜਿਹਦੀ ਜਿਹੜੇ ਉਦੋਂ ਗਾਹਾਂ ਵੈਸਟ ਸੈਂਟ ਪਾਲ ਸ਼ੁਰੂ ਹੋ ਜਾਂਦਾ ਗੁਰਦੁਆਰਾ ਸਾਹਿਬ ਤੋਂ ਗਾਹਾਂ ਵਾਲੇ ਪਾਸੇ ਜਿਹੜੀ ਆਪਣੇ ਦੇ ਕੋਲ ਜਿਹੜੀ ਲੈਂਡ ਬਹੁਤ ਘੱਟ ਆ ਜਿਹੜਾ ਪਰ ਡਿਵੈਲਪਰਾਂ ਨੇ ਜਾਂ ਆਪਣੇ ਤੌਰ 'ਤੇ ਪ੍ਰੋਵਿੰਸਲ ਗੌਰਮੈਂਟ ਦੇ ਤੌਰ 'ਤੇ ਕਿਸੇ ਬੰਦੇ ਨੇ ਨਾ ਕਿਤੇ ਪਰਸੂ ਕੀਤਾ ਅਤੇ ਨਾ ਹੀ ਕੋਈ ਵੈਸੇ ਕਿਸੇ ਨੇ ਰੇਜ ਵੀ ਨਹੀਂ ਕੀਤਾ ਕੁਐਸਚਨ ਅੱਜ ਪਹਿਲੀ ਵਾਰੀ ਤੁਹਾਡੇ ਕੋਲ ਨਿਊ ਆਇਆ ਗਾ ਅਤੇ ਇਸ 'ਤੇ ਜ਼ਰੂਰ ਕੋਈ ਨਾ ਕੋਈ ਗੱਲ ਕੀਤੀ ਜਾਊਗੀ ਜਾਂ ਲੀਡਰ ਸਾਹਿਬ ਨਾਲ ਸਾਡੇ ਨਾਲ ਗੱਲ ਕਰਾਂਗੇ ਬਿਲਕੁਲ ਸੰਧੂ ਸਾਹਿਬ ਗੱਲਬਾਤ ਦੇ ਵਿੱਚ ਅਸੀਂ ਵਾਕਈ ਜਾਣਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ NDP ਵੱਲੋਂ ਕਿਉਂਕਿ ਐਤਕੀ ਚੋਣ ਲੜ ਰਹੇ ਹੈਗੇ ਹੋ ਜੀ ਮੇਪਲ ਏਰੀਏ ਦੇ ਵਿੱਚ ਜਿੱਥੇ ਸਾਡਾ ਭਾਈਚਾਰਾ ਕਾਫੀ ਹੈਗਾ ਜੀ ਜੇਕਰ ਤੁਸੀਂ ਆਉਂਦੇ ਹੈਗੇ ਹੋ ਜੀ ਔਰ ਚੁਣ ਕੇ ਜਿਹੜਾ ਹੈਗਾ ਜਿੱਤ ਕੇ ਤੁਸੀਂ ਆਪਦੇ ਆਪ ਨੂੰ ਰਿਪ੍ਰੈਜੈਂਟ ਜਿਵੇਂ ਕਰ ਹੀ ਰਹੇ ਹੈਗੇ ਹੋ ਜੀ ਤੁਸੀਂ ਕਾਫੀ ਸਾਰੇ ਜਿਹੜੇ ਹੈਗੇ ਜੀ ਕੁਐਸਚਨ ਵੀ ਜਿਹੜਾ ਉਹਨਾਂ ਦਾ ਸਾਨੂੰ ਦੱਸਿਆ ਕਿ ਤੁਹਾਡਾ ਕੀ ਨਜ਼ਰੀਆ ਹੈਗਾ ਸੋ ਅਗਲਾ ਮੇਰਾ ਸਵਾਲ ਹੈਗਾ ਜੀ ਤੁਹਾਨੂੰ ਸੈਂਟਰ ਪੋਰਟ ਨੂੰ ਲੈ ਕੇ ਕਿਉਂਕਿ ਇਹ ਇੱਕ ਨਾਰਥ ਵੈਸਟ ਦੀ ਜਿਹੜੀ ਹੈਗੀ ਹੈ ਜੀ ਇੱਕ ਵਨ ਆਫ ਦਾ ਬਿਗੈਸਟ ਡਿਵੈਲਪਮੈਂਟ ਮੰਨੀ ਜਾ ਰਹੀ ਹੈ ਕਿਉਂਕਿ ਇਹਦੇ ਨਾਲ ਸ਼ਹਿਰ ਦੀ ਜਿਹੜੀ ਕਨੈਕਟੀਵਿਟੀ ਹੈ ਜੀ ਉਹ ਕਾਫੀ ਹੱਦ ਤੱਕ ਜਿਹੜਾ ਹੈਗਾ ਵੱਧ ਜਾਣੀ ਹੈਗੀ ਆ ਸੋ ਇਸ ਨੂੰ ਲੈ ਕੇ ਜੀ ਕੀ ਨਜ਼ਰੀਆ ਹੈਗਾ ਤੁਹਾਡਾ ਕਿਉਂਕਿ ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਹੈਗਾ ਠੀਕ ਹੈ ਜੀ ਸੋ ਜੀ ਹਾਂਜੀ ਬਿਲਕੁਲ ਇਹਦੇ 'ਤੇ ਅਸੀਂ ਚਾਹਾਂਗੇ ਵੀ ਇਹ ਜਲਦੀ ਤੋਂ ਜਲਦੀ ਬਣੇ ਸਪੈਸ਼ਲੀ ਇਹਨਾਂ ਨੇ ਜਿਹੜਾ ਪਾਰਟ ਸ਼ੁਰੂ ਕਰਨਾ ਗਾ ਉਹ ਮੇਨ ਸਟਰੀਟ ਤੋਂ ਸ਼ੁਰੂ ਕਰਨਾ ਗਾ ਅਤੇ ਮਕਫਿਲਸ ਵਾਲਾ ਪਹਿਲਾਂ ਕੰਪਲੀਟ ਕਰਨਾ ਗਾ ਜਿਹੜੀ ਫਸਟ ਪਾਰਟ ਆ ਉਹਦੇ 'ਚ 3 ਗਵਰਨਮੈਂਟ ਦੀ ਫੰਡਿੰਗ ਦੇ ਨਾਲ ਅਸੀਂ ਦੂਜੀ ਜਿਹੜੇ ਕੌਂਸਲਰ ਆ ਆਪਣੇ ਏਰੀਏ ਦੇ ਜਾਂ ਹੋਰ ਸਿਟੀ ਵਿਨੀਪੈਗ ਨਾਲ ਦੇ ਫੈਡਰਲ ਗਵਰਨਮੈਂਟ ਨਾਲ ਕਰਕੇ ਜ਼ਰੂਰ ਛੇਤੀ ਤੋਂ ਛੇਤੀ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਸੋ ਅਗਲਾ ਜਿਹੜਾ ਹੈਗਾ ਜੀ ਸਵਾਲ ਉਹ ਹੈਗਾ ਆਪਾਂ ਵੇਜਸ ਦੀ ਗੱਲ ਕੀਤੀ ਸੀ ਗੱਲਬਾਤ ਦੇ ਵਿੱਚ ਰਾਈਟ ਸੋ ਜਿਹੜੇ ਕਰਾਊਨ ਕਾਰਪੋਰੇਸ਼ਨ ਆ ਜੀ ਉਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਵੇਜਸ ਜਿਹੜੀਆਂ ਨੇ ਜੋ ਫਰੀਜ਼ ਕੀਤੀਆਂ ਹੋਈਆਂ ਨੇ ਆਮ ਇਨਸਾਨ ਜਿਹੜਾ ਕੰਮ ਕਰਦਾ ਜੀ ਜੇਕਰ ਉਹਨੂੰ ਜਿਹੜਾ ਹੈਗਾ ਵੇਜਸ ਹੀ ਨਹੀਂ ਮਿਲ ਰਹੇ ਤਾਂ ਉਹ ਕਿਸ ਤਰੀਕੇ ਨਾਲ ਆਪਦਾ ਜਿਹੜਾ ਹੈਗਾ ਜੀ ਫੈਮਿਲੀ ਨੂੰ ਰਨ ਕਰ ਰਿਹਾ ਹੈਗਾ ਸੋ ਇਸ ਨੂੰ ਲੈ ਕੇ ਜੀ ਕਿਉਂਕਿ ਤੁਹਾਡੀ ਪਾਰਟੀ ਜਾਣੀ ਹੀ ਜਿਹੜਾ ਹੈਗਾ ਜੀ ਇਸ ਲਈ ਜਾਂਦੀ ਹੈਗੀ ਉਹ ਯੂਨੀਅਨ ਦੇ ਅਕੋਰਡਿੰਗਲੀ ਜਿਹੜਾ ਹੈਗਾ ਜੀ ਉਹ ਚੱਲਦੀ ਹੈਗੀ ਆ ਸੋ ਤੁਹਾਡਾ ਕੀ ਮੰਨਣਾ ਹੈਗਾ ਜੀ ਕੀ ਤੁਹਾਡੀ ਅਗਰ ਪਾਰਟੀ ਆਉਂਦੀ ਹੈਗੀ ਹੈ ਸੱਤਾ ਦੇ ਵਿੱਚ ਇਹਨਾਂ ਦੀਆਂ ਵੇਜਸ ਜਿਹੜੀਆਂ ਨੇ ਜੀ ਉਹ ਉਸ ਦੇ ਉੱਤੇ ਕੋਈ ਕੰਮ ਕੀਤਾ ਜਾਏਗਾ ਇਸ 'ਤੇ ਜਿਹੜਾ ਯੂਨੀਅਨ ਦੇ ਨਾਲ ਕੰਟਰੈਕਟ ਹੋਏਗਾ ਜਿਹੜੇ ਹਿਸਾਬ ਨਾਲ ਉਸ 'ਤੇ ਉਵੇਂ ਹੀ ਚੱਲਿਆ ਜਾਊਗਾ ਯੂਨੀਅਨ ਦੇ ਕੰਟਰੈਕਟ ਦੇ ਹਿਸਾਬ ਨਾਲ ਨਾ ਕਿ ਆਪਦੇ ਤੌਰ 'ਤੇ ਅਸੀਂ ਕੋਈ ਬੋਝ ਪਾਵਾਂਗੇ ਜਾਂ ਕਹਿ ਵੀ ਥੋਪਾਂਗੇ ਕੋਈ ਆਪਦਾ ਕੋਈ ਡਿਸੀਜਨ ਥੋਪਾਂਗੇ ਉੱਥੇ ਜਿਹੜੇ ਡਿਸੀਜਨ ਮੇਡ ਕੀਤੇ ਗਏ ਆ ਬਿਟਵੀਨ ਕਾਰਪੋਰੇਸ਼ਨਸ ਐਂਡ ਯੂਨੀਅਨ ਦੇ ਵਿੱਚ ਉਹਨਾਂ ਨੂੰ ਉਵੇਂ ਹੀ ਲਾਗੂ ਰਹੇ ਜਾਂਦੇ ਠੀਕ ਹੈ ਜੀ ਸੋ ਜਾਂਦੇ ਜਾਂਦੇ ਸੰਧੂ ਸਾਹਿਬ ਆਪਦੇ ਜਿਹੜਾ ਹੈਗਾ ਜੀ ਆਪਦੇ ਵਿਊਜ਼ ਕੀ ਹੈਗਾ ਤੁਸੀਂ ਵਿਜ਼ਨ ਪੰਜਾਬ ਦੇ ਜ਼ਰੀਏ ਕੀ ਮੈਸੇਜ ਦੇਣਾ ਚਾਹੋਗੇ ਜੀ ਮੈਂ ਜੀ ਸਾਰਿਆਂ ਨੂੰ ਪਹਿਲਾਂ ਤਾਂ ਪੱਟੀ ਸਾਹਿਬ ਤੁਹਾਡਾ ਅਤੇ ਵਿਜ਼ਨ ਪੰਜਾਬ ਰਹੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਫਿਰ ਕਹਿੰਦਾ ਗਾ ਜੀ ਮੇਰਾ ਐਂਡ 'ਤੇ ਜਿਹੜਾ ਮੈਸੇਜ ਆ ਜੀ ਉਹਦੇ ਮੈਸੇਜ ਦੇ ਵਿੱਚ ਇੱਕ ਜ਼ਰੂਰੀ ਆ ਜੀ ਆਪਾਂ ਜਿਹੜਾ ਪਾਰਟੀ ਦਾ ਸਾਡੀ ਦਾ ਡਿਸੀਜਨ ਆ ਅੱਜ ਅਨਾਊਂਸ ਕੀਤਾ ਗਾ ਅਸੀਂ 7 ਓਕਸ ਹੋਸਪਿਟਲ ਨੂੰ ਅਸੀਂ ਜਿਹੜੀ ER ਆ ਉਹਨੂੰ ਓਪਨ ਕੀਤਾ ਜਾਊਗਾ ਅਤੇ ਇੱਕ ਜਿਹੜੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਆ ਉਹ ਪ੍ਰਾਈਵੇਟ ਨਹੀਂ ਕੀਤੀ ਜਾਊਗੀ ਜੀ ਉਹ ਪਬਲਿਕ ਹੀ ਰਹੂਗੀ ਸੇਮ ਥਿੰਗ ਵਿਦ ਮੈਨੀਟੋਬਾ ਹਾਈਡਰੋ ਅਤੇ ਜਿਹੜਾ ਆਪਣਾ ਹੈਲਥ ਕੇਅਰ ਪ੍ਰੀਮੀਅਮ ਨੇ ਜੀ ਉਹ ਲਾਗੂ ਨਹੀਂ ਕੀਤੇ ਜਾਣਗੇ ਜਿਵੇਂ ਕਿ ਬ੍ਰਾਂਡ ਪਲਾਸਟਰ ਸਾਫ ਕਰਨੇ ਚਾਹੁੰਦੇ ਨੇ ਸੋ ਜੀ ਹਾਂ ਦੋਸਤੋ ਇਹ ਸਨ ਜੀ ਮਿੰਟੂ ਸੰਧੂ ਜਿਹੜੇ ਕਿ NDP ਦੇ ਕੈਂਡੀਡੇਟ ਨੇ ਜੀ ਮੇਪਲ ਰਾਈਡਿੰਗ ਦੇ ਵਿੱਚੋਂ ਅਤੇ ਇਹਨਾਂ ਦੇ ਨਾਲ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਵੱਖ ਵੱਖ ਜਿਹੜੇ ਮੁੱਦੇ ਨੇ ਜੀ ਪਾਰਟੀ ਨੂੰ ਲੈ ਕੇ ਜਾਂ ਪੋਲਿਸੀਜ਼ ਨੇ ਉਹਨਾਂ 'ਤੇ ਇਹਨਾਂ ਦਾ ਵਿਅਕਤੀਗਤ ਜਿਹੜਾ ਹੈਗਾ ਜੀ ਨਜ਼ਰੀਆ ਕੀ ਹੈ ਅਤੇ ਪਾਰਟੀ ਵੱਲੋਂ ਜਿਹੜਾ ਹੈਗਾ ਜੀ ਪੋਲਿਸੀਜ਼ ਕਿਸ ਤਰੀਕੇ ਨਾਲ ਕੰਮ ਕਰਨਗੀਆਂ ਉਮੀਦ ਕਰਦੀ ਹਾਂ ਜੀ ਕਿ ਤੁਸੀਂ ਇਹ ਪ੍ਰੋਗਰਾਮ ਪਸੰਦ ਕੀਤਾ ਹੋਊਗਾ ਜੀ ਵਿਜ਼ਨ ਪੰਜਾਬ ਨੂੰ ਆਪਦਾ ਪਿਆਰ ਇਸੇ ਤਰੀਕੇ ਨਾਲ ਦਿੰਦੇ ਰਹੋ ਅਤੇ ਹੁਣ ਮੈਨੂੰ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ